ਜਿਹੜਾ ਸ਼ਖਸ ਇਸ ਤਰੀਕੇ ਨਾਲ ਸ਼ਹਿਦ 'ਚ ਲਵੇੜ ਕੇ ਜਾਂ ਫਿਰ ਸ਼ਹਿਦ ਦੇ ਵਿੱਚ ਪਈਆਂ ਖੰਜੂਰਾਂ ਖਾਣੀਆਂ ਸ਼ੁਰੂ ਕਰ ਦਿੰਦਾ ਹੈ, ਲਗਭਗ 100 ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦੀਆਂ ਇਹ ਸ਼ਹਿਦ 'ਚ ਡਬੋ ਕੇ ਖਾਧੀ ਖੰਜੂਰ ਖਤਮ ਕਰ ਸਕਦੀ ਹੈ। ਇਹ ਇੱਕ ਖੰਜੂਰਾਂ ਦਾ ਮੁਰੱਬਾ ਹੋ ਗਿਆ, ਇਹਨੂੰ ਆਪਾਂ ਮੁਰੱਬਾ ਕਹਾਂਗੇ, ਕਿਉਂਕਿ ਸ਼ਹਿਦ ਜਿਹੜਾ ਖੰਜੂਰਾਂ ਦੇ ਜਿਹੜੇ ਗੁਣ ਨੇ ਉਹਨੂੰ ਇਨਹੈਂਸ ਕਰ ਦਿੰਦਾ, ਇਸ ਤਰ੍ਹਾਂ ਖੰਜੂਰ ਸ਼ਹਿਦ ਦੇ ਗੁਣਾਂ ਨੂੰ ਜਿਹੜੇ ਨੇ ਇਨਹੈਂਸ ਕਰ ਦਿੰਦਾ। ਜਦੋਂ ਦੋਨੋਂ ਚੀਜ਼ਾਂ ਮਿਲਦੀਆਂ ਨੇ ਇੱਕ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ, ਇੱਕ ਬਹੁਤ ਅੱਛਾ ਟੋਨਿਕ ਬਣ ਜਾਂਦਾ। ਜਿਹੜਾ ਇਹ ਨੁਸਖਾ ਫਾਰਮੂਲਾ ਸ਼ਹਿਦ ਵਾਲਾ ਬਣਾਉਣਾ ਕਿਵੇਂ ਹੈ, ਸਾਡੇ ਕੋਲ ਖੰਜੂਰਾਂ ਵੀ ਪਈਆਂ ਨੇ, ਸਾਡੇ ਕੋਲ ਸ਼ਹਿਦ ਵੀ ਪਿਆ। ਸਾਬਤ ਖੰਜੂਰ ਲੈਣੀ ਹੈ, ਇਹਦੇ ਵਿੱਚੋਂ ਗੁਠਲੀ ਕੱਢ ਦੇਣੀ ਹੈ। ਗੁਠਲੀ ਕੱਢ ਕੇ 10 ਖੰਜੂਰਾਂ ਤੁਸੀਂ ਇੱਕ ਕਟੋਰੀ ਇੰਨਾ ਕੁ ਬਾਊਲ ਲੈ ਲਓ ਇਹਦੇ ਵਿੱਚ, ਜਿਸ ਤਰ੍ਹਾਂ ਆਪਾਂ ਪਾਉਣੀਆਂ ਨੇ 10 ਖੰਜੂਰਾਂ ਪਾ ਦਿਓ ਇਹਦੇ ਵਿੱਚ, ਜਾਰ ਦੇ ਵਿੱਚ ਪਾ ਕੇ ਰੱਖ ਦਿਓ ਇੱਕ ਹਫ਼ਤਾ, ਠੀਕ ਹੈ ਜੀ। ਫਿਰ ਉਹਦੇ ਸਾਰਾ ਅਬਜ਼ੋਰਬ ਹੋ ਜਾਂਦਾ, ਇਹਦੇ ਵਿੱਚ ਸ਼ਹਿਦ ਅਬਜ਼ੋਰਬ ਹੋ ਜਾਂਦਾ। ਜਿਵੇਂ ਕਿ ਆਹ ਭਿਉਂ ਕੇ ਰੱਖੀਆਂ ਗਈਆਂ ਨੇ, ਇਸੇ ਤਰੀਕੇ ਨਾਲ ਪੂਰੀਆਂ ਡਿਪ ਹੋਣੀਆਂ ਚਾਹੀਦੀਆਂ ਨੇ, ਪੂਰੀਆਂ ਡਿਪ ਹੋਣੀਆਂ ਚਾਹੀਦੀਆਂ, ਸ਼ਹਿਦ ਦੇ ਉੱਪਰ ਹੋਣਾ ਚਾਹੀਦਾ। ਤਰ੍ਹਾਂ ਤਰ੍ਹਾਂ ਦੇ ਰੰਗ ਬਿਰੰਗੇ ਸ਼ਹਿਦ ਕੀ ਕਰਦੇ ਨੇ ਜੀ, ਸ਼ਹਿਦ ਤੁਸੀਂ ਰੱਖੇ ਨੇ ਰੰਗ ਬਿਰੰਗੇ, ਅਤੇ ਜਿਹੜਾ ਸ਼ਹਿਦ ਤੁਸੀਂ ਕਹਿ ਰਹੇ ਹੋ ਵੀ ਸ਼ੂਗਰ ਵਾਲਾ ਪੇਸ਼ੈਂਟ ਹੈਗਾ ਉਹ ਲੈ ਸਕਦਾ, ਉਹ ਕਿਹੜਾ ਸ਼ਹਿਦ? ਆਹ ਸ਼ਹਿਦ ਹੈ ਜੀ ਕਿਹੜਾ? ਇਹ ਜਿਹੜਾ ਤੁਸੀਂ ਕਲਰ ਕਹਿੰਦੇ ਹੋ ਡਿਪੈਂਡ ਕਰਦਾ ਕਿ ਜਿਹੜਾ ਫਲਾਵਰ ਦਾ ਨੈਕਟਰ ਉਹ ਕਿਹੜੇ ਕਲਰ। ਇਹ ਦੋਨੋਂ ਤਿੰਨੋਂ ਜਿਹੜੇ ਆ ਸ਼ਹਿਦ ਨੇ, ਇਹਨਾਂ ਨਾਲੋਂ ਇਹਦੇ ਵਿੱਚ ਅੱਧਾ ਮਿੱਠਾ ਹੀ ਹੈ। ਮਤਲਬ ਤਾਂ ਇਹ ਹੋਇਆ ਫਿਰ ਇਹ ਇਹਨਾਂ ਨਾਲੋਂ ਜ਼ਿਆਦਾ ਜ਼ਬਰਦਸਤ ਹੋਇਆ ਜੀ, ਇਹ ਤਾਂ ਕੀ ਬਾਤ ਹੈ, ਇਹਨੂੰ ਤੁਸੀਂ ਸ਼ੂਗਰ ਵਾਲਾ ਵੀ ਲੈ ਸਕਦੇ। ਕੀ ਕੀ ਕੰਮ ਕਰੇਗੀ ਜਿਹੜੀ ਖੰਜੂਰ ਅਸੀਂ ਅਗਰ ਇਸ ਤਰੀਕੇ ਨਾਲ ਸ਼ਹਿਦ 'ਚ ਡੁਬੋ ਕੇ ਖਾਂਦੇ? ਜਿਨ੍ਹਾਂ ਦੇ ਵਿੱਚ ਸਪਰਮ ਕਾਉਂਟ ਘੱਟ ਹੈ ਉਹਨਾਂ ਸਪਰਮ ਕਾਉਂਟ ਨੂੰ ਵਧਾਉਂਦਾ, ਫਿਰ ਉਸ ਤੋਂ ਬਾਅਦ ਜਿਨ੍ਹਾਂ ਦੇ ਵਿੱਚ ਸਪਰਮ ਮੋਟਿਲਿਟੀ ਮਤਲਬ ਉਹਦੀ ਮੂਵਮੈਂਟ ਜਿਹੜੀ ਘਟੀ ਹੋਈ ਹੈ ਉਹਦੇ ਵਿੱਚ ਵੀ ਬਹੁਤ ਫਾਇਦਾ ਕਰਦਾ, ਫਿਰ ਸਪਰਮ ਦੇ ਜਿਹੜਾ ਵੋਲੀਅਮ ਹੈ ਉਹਨੂੰ ਵੀ ਵਧਾਉਂਦਾ, ਮਤਲਬ ਹਰ ਪਰਸਨ ਫਿਰ ਤੁਹਾਡੀ ਟਾਈਮਿੰਗ ਨੂੰ ਵੀ ਇੰਪਰੂਵ ਕਰਦਾ, ਓਵਰਆਲ ਬੋਡੀ ਟੋਨਿਕ ਵੀ ਹੈ, ਐਕਸੈਪਟਲੀ ਵੀ ਬਹੁਤ ਅੱਛਾ ਟੋਨਿਕ ਹੈ ਖੰਜੂਰਾਂ ਨਾਲ ਜਦੋਂ ਸ਼ਹਿਦ ਮਿਲਦਾ। ਇਸ ਤੋਂ ਇਲਾਵਾ ਇਹਦੇ ਵਿੱਚ ਟਰੇਸ ਐਲੀਮੈਂਟ ਮਿਨਰਲਸ ਪੋਲੀਫਿਨੋਲਸ ਫਲੈਵੀਨੋਇਡਸ ਮਤਲਬ ਐਂਟੀ ਆਕਸੀਡੈਂਟ ਇੰਨੇ ਵਧੀਆ ਨੇ ਕਿਸੇ ਵੀ ਚੀਜ਼ 'ਚ ਨਹੀਂ। ਸਭ ਤੁਸੀਂ ਤਾਂ ਇੱਕ ਸਾਂਝ ਬਹੁਤ ਸਾਰੀਆਂ ਚੀਜ਼ਾਂ ਗਿਣਵਾਤੀਆਂ, ਵਾਕਈ ਇੰਨੇ ਫਾਇਦੇ ਹੁੰਦੇ? ਜਿਹੜਾ ਸ਼ਹਿਦ ਹੈ ਨਾ, ਸ਼ਹਿਦ ਇੱਕ ਇਸ ਤਰ੍ਹਾਂ ਜਿਹੜਾ ਮਾਈਕਰੋ ਤੋਂ ਮਾਈਕਰੋ ਸਰੋਤਸ ਦੇ ਵਿੱਚ ਵੀ ਜਾਂਦਾ ਹੈ, ਠੀਕ ਹੈ ਨਾ, ਆਪਣਾ ਕੰਮ ਕਰਦਾ। ਇੰਨੇ ਜ਼ਿਆਦਾ ਪੇਟ ਕਿਉਂ ਖਰਾਬ ਹੋ ਰਹੇ ਨੇ? ਚਲੋ ਖਾਣ ਪਾਣ ਤਾਂ ਅਸੀਂ ਕਹਿ ਲਈਏ ਕਿ ਸਾਰਿਆਂ ਦਾ ਇਸ ਤਰ੍ਹਾਂ ਹੈ ਹੀ, ਸਾਰੇ ਲੋਕ ਦੱਸ ਹੀ ਰਹੇ ਨੇ ਚੰਗੇ ਵੈਦ ਹਕੀਮ, ਹੋਰ ਤੁਹਾਡੇ ਮੁਤਾਬਕ ਕੀ ਕਾਰਨ ਹੈਗਾ? ਜਿਹੜਾ ਡੱਬਾ ਬੰਦ ਪੈਕਟ ਬੰਦ ਫੂਡ ਹੈ ਉਹਦੇ ਵਿੱਚ ਉਹ ਫੂਡ ਨਹੀਂ ਹੁੰਦਾ, ਪ੍ਰਿਜ਼ਰਵੇਟਿਵ ਕੈਮੀਕਲ ਦਾ ਸਟੈਬਲਾਈਜ਼ਰ ਜਿਹੜੇ ਵੀ ਉਹਨੂੰ ਉਹਦੀ ਸ਼ੈਲਫ ਲਾਈਫ ਨੂੰ ਵਧਾਉਣਾ, ਉਹਨਾਂ ਚੀਜ਼ਾਂ ਦਾ ਇੱਕ ਭੰਡਾਰ ਹੈ। ਡਾਕਟਰ ਸਾਹਿਬ ਤੁਸੀਂ ਇੱਥੇ ਕਿਹੜੇ ਕਿਹੜੇ ਰੋਗਾਂ ਦੀ ਜਿਹੜੀ ਤੁਸੀਂ ਨਬਜ਼ ਫੜ ਕੇ ਮਤਲਬ ਅੰਦਰੋਂ ਕੱਢ ਲੈਂਦੇ ਹੋ ਰੋਗ? ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਲਾ ਇਲਾਜ ਹੈ ਜਾਂ ਬਹੁਤ ਟ੍ਰੀਟਮੈਂਟ ਮੁਸ਼ਕਿਲ ਹੈ, ਉਹ ਆਯੁਰਵੇਦ ਵਿੱਚ ਉਨੇ ਟ੍ਰੀਟਮੈਂਟ ਸੌਖਾ ਹੈ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਅੱਜ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਬੜੀ ਖਾਸ ਰਹਿਣ ਵਾਲੀ ਹੈ ਜੋ ਮਿੱਠੇ ਦੇ ਸ਼ੌਕੀਨ ਨੇ। ਸ਼ੂਗਰ ਵਾਲਿਆਂ ਨੂੰ ਅੱਜ ਅਸੀਂ ਮਿੱਠਾ ਖਵਾਉਣ ਵਾਲੇ ਹਾਂ। ਤੁਸੀਂ ਸੋਚਦੇ ਹੋਵੋਗੇ ਕਿਸ ਤਰ੍ਹਾਂ ਮਿੱਠਾ ਖਾ ਸਕਦਾ ਸ਼ੂਗਰ ਵਾਲਾ ਬੰਦਾ, ਅਤੇ ਉਹਦਾ ਸ਼ੂਗਰ ਘਟਣ ਦੀ ਬਜਾਏ ਜਿਹੜਾ ਕਈ ਵਾਰ ਜਦੋਂ ਮਿੱਠਾ ਖਾ ਲੈਂਦਾ ਤਾਂ ਉਹ ਵੱਧ ਜਾਂਦਾ, ਪਰ ਜਿਹੜਾ ਨੁਸਖਾ ਫਾਰਮੂਲਾ ਅਸੀਂ ਅੱਜ ਤੁਹਾਨੂੰ ਦੇ ਰਹੇ ਹਾਂ ਉਸ ਦੇ ਨਾਲ ਜਦੋਂ ਮਿੱਠਾ ਖਾਏਗਾ ਤਾਂ ਸ਼ੂਗਰ ਵਧੇਗਾ ਨਹੀਂ ਸਗੋਂ ਘਟੇਗਾ। ਕਿਹੜਾ ਮਿੱਠਾ ਹੈ, ਕਿਸ ਤਰੀਕੇ ਨਾਲ ਖਾਣਾ ਹੈ, ਹੋਰ ਤਾਂ ਹੋਰ ਉਹਨਾਂ ਨੂੰ ਹੋਰ ਵੀ ਜਿਹੜੇ ਬਹੁਤ ਸਾਰੇ ਫਾਇਦੇ ਹੈਗੇ ਨੇ ਉਸ ਮਿੱਠੇ ਦੇ ਹੋਣ ਵਾਲੇ ਨੇ, ਅਤੇ ਇਹ ਮਿੱਠਾ ਕਿਹੜਾ ਹੈ, ਕਿਸ ਤਰੀਕੇ ਨਾਲ ਖਾਣਾ ਹੈ, ਔਰ ਕਿਹੜੇ ਲੋਕਾਂ ਨੇ ਖਾਸ ਕਰਕੇ ਇਸ ਮਿੱਠੇ ਨੂੰ ਖਾਣ ਉਪਰੰਤ ਉਹਨਾਂ ਨੂੰ ਫਾਇਦੇ ਹੋਣ ਵਾਲੇ ਨੇ। ਸਾਡੇ ਨਾਲ ਨੇ ਅਮਾਇਆ ਨੈਚੁਰਲ ਕੇਅਰ ਸੈਂਟਰ ਦੇ ਜਿਹੜੇ ਡਾਕਟਰ ਸ਼ਾਹਿਦ ਪਰਵੇਜ਼ ਸਾਹਿਬ, ਜਿਹੜੇ ਕਿ MD ਨਿਊਟ੍ਰੀਸ਼ਨ ਨੇ, ਔਰ ਨਬਜ਼ ਦੇਖ ਕੇ ਲੋਕਾਂ ਦੇ ਰੋਗ ਫੜ ਲੈਂਦੇ ਨੇ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜਾ ਮਿੱਠਾ ਹੈ। ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਅੱਜ ਸ਼ੂਗਰ ਵਾਲੇ ਨੂੰ ਵੀ ਮਿੱਠਾ ਖਵਾ ਦੇਣਾ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਤੇ ਇੱਕ ਵਾਰ ਫਿਰ ਜੀ।
ਹਕੀਕਤ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਸਲਾਮ। ਅੱਛਾ ਡਾਕਟਰ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਅੱਜ ਸ਼ੂਗਰ ਵਾਲਿਆਂ ਨੂੰ ਮਿੱਠਾ ਖਵਾ ਦੇਣਾ ਅਤੇ ਉਹਨਾਂ ਦੀ ਸ਼ੂਗਰ ਵਧਣ ਦੀ ਬਜਾਏ ਘੱਟ ਜਾਏਗੀ। ਇਸ ਤਰ੍ਹਾਂ ਦਾ ਕਿਹੜਾ ਮਿੱਠਾ ਲੈ ਕੇ ਆਇਓ? ਕੋਈ ਚੰਨ, ਕੋਈ ਅਸਮਾਨ 'ਚੋਂ ਉਤਾਰ ਕੇ ਲੈ ਕੇ ਆਇਓ ਜੀ? ਕੋਈ ਇਸ ਤਰ੍ਹਾਂ ਦਾ ਨੁਸਖਾ, ਫਾਰਮੂਲਾ, ਕੀ ਚੀਜ਼ ਹੈਗੀ ਹੈ? ਜਿੰਨਾ ਵੀ ਕੁਦਰਤੀ ਮਿੱਠਾ ਉਹ ਤਾਂ ਸ਼ੂਗਰ ਵਾਲੇ ਲੈ ਹੀ ਸਕਦੇ ਨੇ, ਤਾਂ ਇੱਕ ਡਰਾਇਆ ਜਾਂਦਾ ਉਹਨਾਂ ਨੂੰ ਵੀ ਤੁਸੀਂ ਇਹ ਨਹੀਂ ਲੈਣਾ। ਬੇਸਿਕਲੀ ਆਪਾਂ ਗਲੂਕੋਜ਼ ਨਹੀਂ ਲੈਣਾ ਹੁੰਦਾ, ਜਿੰਨਾ ਵੀ ਗਲੂਕੋਜ਼ ਹੈ ਜਾਂ ਸਿੰਥੈਟਿਕ ਮਿੱਠਾ ਹੈ ਜਿਹਨੂੰ ਆਪਾਂ ਚੀਨੀ, ਗੁੜ, ਸ਼ੱਕਰ ਦੀ ਕੈਟੇਗਰੀ 'ਚ ਗਿਣਦੇ ਹਾਂ, ਉਹ ਨਹੀਂ ਲੈਣਾ ਹੁੰਦਾ। ਜਿਸ ਤਰ੍ਹਾਂ ਵੀ ਆਪਣਾ ਜਿਹੜਾ ਫਰੂਟ ਵਾਲਾ ਮਿੱਠਾ ਆਪਾਂ ਲੈ ਸਕਦੇ ਹਾਂ, ਠੀਕ ਹੈ ਨਾ, ਜਾਂ ਜਿਸ ਤਰ੍ਹਾਂ ਸ਼ਹਿਦ ਹੈ, ਇਹਦੇ ਵਿੱਚ ਵੀ ਫਰਕਟੋਜ਼ ਹੁੰਦਾ, ਗਲੂਕੋਜ਼ ਨਹੀਂ ਹੁੰਦਾ ਜ਼ਿਆਦਾ, ਫਰਕਟੋਜ਼ ਹੁੰਦਾ ਸ਼ਹਿਦ ਦੇ ਵਿੱਚ, ਸ਼ਹਿਦ ਵਾਲਾ ਮਿੱਠਾ ਵੀ ਆਪਾਂ ਲੈ ਸਕਦੇ ਹਾਂ। ਸ਼ਹਿਦ ਵੀ ਸਪੈਸੀਫਿਕਲੀ ਆਪਾਂ ਗੱਲ ਕਰੀਏ, ਜਿਸ ਤਰ੍ਹਾਂ ਜਿਹੜਾ ਕਸ਼ਮੀਰੀ ਕਿੱਕਰ ਦਾ ਸ਼ਹਿਦ ਹੈ, ਠੀਕ ਹੈ, ਇਹ ਕਿਹੜੀ ਹੁੰਦੀ ਹੈ ਜੀ ਕਸ਼ਮੀਰੀ ਕਿੱਕਰ? ਇਹ ਇੱਕ ਬਹੁਤ ਸਪੈਸੀਫਿਕ ਟਾਈਪ ਹੈ ਸ਼ਹਿਦ ਦੀ। ਇਹ ਕਸ਼ਮੀਰ 'ਚ ਹੀ ਹੁੰਦੀ ਹੈ ਜੀ? ਇਹ ਨਹੀਂ ਹੁੰਦਾ, ਤਾਂ ਇਹ ਕਸ਼ਮੀਰ ਤੋਂ ਬਾਹਰ ਵੀ ਹੈ। ਜਿਹੜਾ ਕਸ਼ਮੀਰੀ ਕਿੱਕਰ ਹੈ ਉਹਦਾ ਜਿਹੜਾ ਫਰਕਟੋਜ਼ ਕੰਟੈਂਟ ਹੈ, ਮਤਲਬ ਮਿੱਠੇ ਵਾਲਾ ਕੰਟੈਂਟ ਹੈ, ਕਾਫੀ ਘੱਟ ਹੈ, ਠੀਕ ਹੈ ਜੀ। ਉਹਦੇ ਵਿੱਚ ਜਿਹੜਾ ਫਰਕਟੋਜ਼ ਹੈ ਬਹੁਤ ਘੱਟ ਹੈ, ਉਹ ਸ਼ੂਗਰ ਵਾਲੇ ਪੇਸ਼ੈਂਟ ਲੈ ਸਕਦੇ ਨੇ, ਠੀਕ ਹੈ। ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਔਲੇ ਦਾ ਚੂਰਨ ਪਾ ਸਕਦੇ ਹੋ, ਆਮਲੇ ਦਾ ਜਿਹੜਾ ਆਪਣਾ ਸੁੱਕਾ ਪਾਊਡਰ ਹੈ ਉਹ ਲੈ ਸਕਦੇ ਹੋ। ਉਹਦੇ ਨਾਲ ਕੀ ਹੈ ਕਿ ਇੱਕ ਤਾਂ ਤੁਹਾਨੂੰ ਜਿਹੜੀ ਮਿੱਠੇ ਦੀ ਕਰੇਵਿੰਗ ਹੈ ਉਹ ਤੁਹਾਡੀ ਪੂਰੀ ਹੋ ਗਈ। ਦੂਸਰੀ ਜਿਹੜੀ ਚੀਜ਼ ਹੈ, ਔਲਾ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਇੱਕ ਪੂਰੀ ਬੋਡੀ ਲਈ ਇੱਕ ਬਹੁਤ ਹੀ ਅੱਛਾ ਰਸਾਇਣ ਹੈ, ਮਲਟੀ ਵਿਟਾਮਿਨ ਹੈ। ਮਤਲਬ ਡਾਇਬਿਟਿਕ ਜਿਹਨਾਂ ਨੂੰ ਨਿਊਰੋਪੈਥੀ ਹੈ, ਸ਼ੂਗਰ ਕਰਕੇ ਸਾਡੀਆਂ ਨਾੜਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ, ਉਹਦੇ ਲਈ ਬਹੁਤ ਵਧੀਆ ਔਲਾ। ਦੂਸਰੀ ਜਿਹੜੀ ਚੀਜ਼ ਹੈ, ਰਟੀਨੋਪੈਥੀ ਹੋਣ ਲੱਗ ਜਾਂਦੀ ਹੈ, ਡਾਇਬਿਟਿਕ ਰਟੀਨੋਪੈਥੀ, ਮਤਲਬ ਅੱਖਾਂ ਦੀ ਨਿਗਾਹ ਘਟਣ ਲੱਗ ਜਾਂਦੀ ਹੈ, ਉਹਦੇ ਲਈ ਔਲਾ ਬਹੁਤ ਵਧੀਆ। ਹਾਰਟ ਲਈ ਸਾਡੇ ਲਈ ਵਧੀਆ। ਮਤਲਬ ਸ਼ੂਗਰ ਵਾਲੇ ਦੇ ਵਿੱਚ ਕੀ ਹੈ ਕਿ ਇੱਕ ਇੱਕ ਔਰਗਨ ਕਰਕੇ ਨਾ ਹੌਲੀ ਹੌਲੀ ਹਰ ਔਰਗਨ 'ਤੇ ਇਫੈਕਟ ਪੈਂਦਾ ਸ਼ੂਗਰ ਕਰਕੇ। ਉਹਦੇ ਨਾਲ ਕੀ ਹੈ ਕਿ ਹੌਲੀ 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 ਬੰਦਾ ਮਲਟੀਪਲ ਔਰਗਨ ਫੇਲੀਅਰ 'ਚ ਜਾਣ ਲੱਗ ਜਾਂਦਾ। ਜਿਹੜਾ ਔਲਾ ਇੱਕ ਇਸ ਤਰ੍ਹਾਂ ਦਾ ਰਸਾਇਣ ਹੈ ਵੀ ਜਿਹੜਾ ਸਾਡੀ ਸਾਰੀ ਬੋਡੀ ਨੂੰ ਕਿਓਰ ਕਰਦਾ, ਇੱਕ ਰਸਾਇਣ ਹੈ, ਇੱਕ ਮਲਟੀ ਵਿਟਾਮਿਨ ਜਿਹਨੂੰ ਆਪਾਂ ਕਹਿ ਦਈਏ। ਪਰ ਜਦੋਂ ਉਹ ਸ਼ਹਿਦ ਦੇ ਨਾਲ ਮਿਲ ਜਾਂਦਾ, ਜਿਸ ਤਰ੍ਹਾਂ ਆਪਾਂ ਕਹਿੰਦੇ ਇੱਕ ਤੋਂ ਇੱਕ 11 ਹੋ ਜਾਂਦੇ ਨੇ, ਉਹ ਚੀਜ਼ ਹੈ ਜੀ। ਚਲੋ, ਇਹ ਤਾਂ ਰਹੀ ਤੁਸੀਂ ਸ਼ਹਿਦ ਦੀ ਗੱਲ ਕਰ ਰਹੇ ਸੀ, ਜਿਹੜਾ ਸ਼ੂਗਰ ਵਾਲੇ ਪੇਸ਼ੈਂਟ ਖਾ ਸਕਦੇ ਨੇ। ਤੁਸੀਂ ਦੇਖੋ, ਅੱਜ ਬੜਾ ਇੱਕ ਨਾਯਾਬ ਤੋਹਫ਼ਾ ਹੈਗਾ ਹਕੀਕਤ ਟੀਵੀ ਪੰਜਾਬੀ ਦੇ ਦਰਸ਼ਕਾਂ ਨੂੰ, ਜਿਹੜੇ ਡਾਕਟਰ ਸ਼ਾਹਿਦ ਪਰਵੇਜ਼ ਸਾਹਿਬ ਦੇਣ ਵਾਲੇ ਨੇ, ਜਿਨ੍ਹਾਂ ਦੀ ਤੁਸੀਂ ਅਕਸਰ ਗੱਲਾਂ ਕਰਦੇ ਹੋ ਫੋਨ 'ਤੇ ਵੀ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਇਹ ਦੇਖੋ, ਇਹ ਖੰਜੂਰਾਂ ਹੈਗੀਆਂ ਨੇ, ਖੰਜੂਰਾਂ ਦੇ ਵਿੱਚ ਜਿਹੜਾ ਸ਼ਖਸ ਇਸ ਤਰੀਕੇ ਨਾਲ ਸ਼ਹਿਦ 'ਚ ਲਵੇੜ ਕੇ ਜਾਂ ਫਿਰ ਸ਼ਹਿਦ ਦੇ ਵਿੱਚ ਪਈਆਂ ਖੰਜੂਰਾਂ ਖਾਣੀਆਂ ਸ਼ੁਰੂ ਕਰ ਦਿੰਦਾ ਹੈ, ਤਾਂ ਕੁਦਰਤ ਵੀ ਉਸਦੇ ਨਜ਼ਦੀਕ ਆਉਣੀ ਸ਼ੁਰੂ ਹੋ ਜਾਂਦੀ ਹੈ। ਬਹੁਤ ਸਾਰੀਆਂ ਲਗਭਗ 100 ਤਰ੍ਹਾਂ ਦੀਆਂ ਦਿੱਕਤਾਂ, ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦੀਆਂ ਇਹ ਸ਼ਹਿਦ 'ਚ ਡਬੋ ਕੇ ਖਾਧੀ ਖੰਜੂਰ ਖਤਮ ਕਰ ਸਕਦੀ ਹੈ। ਕਿਵੇਂ ਖਾਣੀਆਂ ਨੇ, ਕੀ ਫਾਇਦਾ ਹੋਣ ਵਾਲਾ ਹੈ, ਸਭ ਕੁਝ ਅੱਜ ਸਾਡੇ ਨਾਲ ਸਾਂਝਾ ਕਰਨ ਵਾਲੇ ਨੇ ਡਾਕਟਰ ਸ਼ਾਹਿਦ ਪਰਵੇਜ਼ ਸਾਹਿਬ। ਡਾਕਟਰ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਜਿਹੜਾ ਸ਼ਖਸ ਖੰਜੂਰਾਂ ਇਸ ਤਰੀਕੇ ਨਾਲ ਖਾਏਗਾ, ਕਿਉਂਕਿ ਹੁਣ ਮੌਸਮ ਆ ਗਿਆ ਖੰਜੂਰਾਂ ਖਾਣ ਦਾ, ਅਸੀਂ ਖੰਜੂਰਾਂ ਦੇ ਦੁਆਲੇ ਹੋ ਜਾਣਾ। ਬਹੁਤ ਸਾਰੇ ਲੋਕ ਹੈਗੇ ਨੇ ਕਿ ਜਿਹੜੇ ਖੰਜੂਰਾਂ ਨੂੰ ਆਪਣੀ ਡਾਇਟ ਦਾ ਰੋਜ਼ਾਨਾ ਦਾ ਹਿੱਸਾ ਬਣਾ ਲੈਂਦੇ ਨੇ, ਪਰ ਤੁਸੀਂ ਕਹਿ ਰਹੇ ਹੋ ਕਿ ਐਵੇਂ ਖੰਜੂਰਾਂ ਖਾਣ ਦਾ ਕੋਈ ਫਾਇਦਾ ਨਹੀਂ, ਇੱਕ ਵਿਧੀਵਤ ਢੰਗ ਹੈਗਾ, ਜੇਕਰ ਉਸ ਤਰੀਕੇ ਨਾਲ ਖੰਜੂਰਾਂ ਖਾਧੀਆਂ ਜਾਣ ਤਾਂ ਬੜਾ ਹੀ ਕਾਰਗਰ ਹੈਗਾ ਨੁਸਖਾ, ਫਾਰਮੂਲਾ। ਕੀ ਕੰਮ ਕਰੇਗੀ ਜਿਹੜੀ ਖੰਜੂਰ ਅਸੀਂ ਅਗਰ ਇਸ ਤਰੀਕੇ ਨਾਲ ਸ਼ਹਿਦ 'ਚ ਡੁਬੋ ਕੇ ਖਾਂਦੇ ਹਾਂ? ਜਿਸ ਤਰ੍ਹਾਂ ਜਿਹੜੀ ਆਪਣੀ ਖੰਜੂਰ ਹੈ, ਇਹਦੇ ਵਿੱਚ ਨਾ ਤੁਸੀਂ ਕੱਟ ਲਗਾ ਕੇ ਇਹਦੀ ਗੁਠਲੀ ਬਾਹਰ ਕੱਢ ਦਿਓ, ਠੀਕ ਹੈ। ਗੁਠਲੀ ਬਾਹਰ ਕੱਢਣ ਤੋਂ ਬਾਅਦ ਇਹਨੂੰ ਤੁਸੀਂ ਸ਼ਹਿਦ ਦੇ ਵਿੱਚ ਪਾ ਕੇ ਰੱਖ ਦਿਓ। ਜੇ ਤਾਂ ਤੁਸੀਂ, ਮਤਲਬ ਇਹ ਹੈ ਕਿ ਉਸੇ ਦਿਨ ਪਾਉਣੀ ਹੈ ਉਸ ਦਿਨ ਵੀ, ਨਹੀਂ ਤਾਂ ਤੁਸੀਂ ਹਫ਼ਤਾ ਵੀ ਇਹਨੂੰ ਪਾ ਕੇ ਰੱਖ ਸਕਦੇ ਹੋ। ਇਹ ਇੱਕ ਖੰਜੂਰਾਂ ਦਾ ਮੁਰੱਬਾ ਹੋ ਗਿਆ, ਇਹਨੂੰ ਆਪਾਂ ਮੁਰੱਬਾ ਕਹਾਂਗੇ। ਅਤੇ ਜਦੋਂ ਖੰਜੂਰ ਸ਼ਹਿਦ ਦੇ ਨਾਲ ਹੁੰਦੀ ਹੈ, ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਇੱਕ 'ਤੇ ਇੱਕ 11 ਹੋ ਜਾਂਦੇ ਨੇ, ਔਲੇ ਦੇ ਨਾਲ ਜਦੋਂ ਸ਼ਹਿਦ ਮਿਲਦਾ
ਉਹ ਵੀ ਇੱਕ ਤੇ ਇੱਕ 11, ਇੱਕ ਜਦੋਂ ਖੰਜੂਰ ਦੇ ਨਾਲ ਮਿਲਦਾ ਉਹ ਵੀ ਮਤਲਬ ਇੱਕ ਤੇ ਇੱਕ 11। ਇਹ ਜਿਹੜਾ ਖੰਜੂਰ ਵਾਲਾ ਹੈ ਇਹਦੇ ਕੰਮ ਅਲੱਗ ਨੇ, ਜਿਸ ਤਰ੍ਹਾਂ ਆਮਲੇ ਨਾਲ ਮਿਲ ਕੇ ਸ਼ਾਇਦ ਅਲੱਗ ਕੰਮ ਕਰਦਾ ਸੀ, ਖੰਜੂਰ ਨਾਲ ਮਿਲ ਕੇ ਅਲੱਗ ਕਰਦਾ। ਠੀਕ ਹੈ, ਜਿਸ ਤਰ੍ਹਾਂ ਜਿੰਨਾ ਵੀ ਆਪਾਂ ਕਹਿ ਦਈਏ ਜਿਨ੍ਹਾਂ ਨੂੰ ਪ੍ਰੋਬਲਮ ਹੈ ਟੈਸਟੋਸਟਰੋਨ ਦੀ, ਠੀਕ ਹੈ, ਮੇਲ ਦੇ ਵਿੱਚ ਜਿਨ੍ਹਾਂ ਨੂੰ ਪ੍ਰੋਬਲਮ ਹੈ ਗ੍ਰਸਤੀ ਵਾਲੀ ਗੱਲ ਟੈਸਟੋਸਟਰੋਨ ਲੇਵਲ ਨੂੰ ਵਧਾਉਂਦਾ, ਜਿੰਨੀਆਂ ਥੋੜ੍ਹੀਆਂ ਗੁੱਡ ਬੈਕਟੀਰੀਆ ਨੇ, ਗੱਟ ਬੈਕਟੀਰੀਆ ਜਿਹਨੂੰ ਆਪਾਂ ਕਹਿੰਦੇ ਹਾਂ ਇੰਟਸਟਾਈਨਲ ਮਾਈਕਰੋਫਲੋਰਾ, ਜਿਹੜੀਆਂ ਚੰਗੀਆਂ ਬੈਕਟੀਰੀਆ ਹੁੰਦੀਆਂ ਨੇ ਆਪਣੇ ਪੇਟ 'ਚ, ਖਾਣਾ ਪਹੁੰਚਾਉਂਦੀਆਂ ਨੇ, ਹੋਰ ਮਲਟੀਵਿਟਾਮਿਨ ਬਣਾਉਂਦੀਆਂ ਨੇ ਸਰੀਰ ਦੇ ਵਿੱਚ, ਉਹਨਾਂ ਦੇ ਬਹੁਤ ਕੰਮ ਨੇ, ਉਹਨਾਂ ਦੀ ਗਰੋਥ ਨੂੰ ਇਹ ਇੰਪਰੂਵ ਕਰਦਾ ਜਿਹੜਾ ਸ਼ਹਿਦ ਨਾਲ ਆਪਾਂ ਖਜੂਰ ਲੈਂਦੇ ਹਾਂ। ਇਸ ਤੋਂ ਇਲਾਵਾ ਸਾਡੀ ਜਿਹੜੀ ਪਾਚਨ ਸ਼ਕਤੀ ਹੈ ਉਹਨੂੰ ਇਹ ਵਧਾਉਂਦਾ, ਭੁੱਖ ਨੂੰ ਸਾਡੇ ਨੂੰ ਵਧਾਉਂਦਾ। ਇਸ ਤੋਂ ਇਲਾਵਾ ਜਿੰਨੀ ਖੰਜੂਰ, ਜੇ ਤਾਂ 2-4 ਖੰਜੂਰਾਂ ਅਸੀਂ ਖਾ ਲਈਏ ਜੀ, ਸਾਨੂੰ ਤਾਂ ਸਾਰਾ ਦਿਨ ਇੰਨੀ ਐਨਰਜੀ ਫੀਲ ਹੁੰਦੀ ਰਹਿੰਦੀ ਹੈ, ਭੁੱਖ ਲੱਗਦੀ ਹੀ ਨਹੀਂ ਜੀ ਕਈ ਵਾਰ ਤਾਂ। ਫਿਰ ਇਹਦੇ ਵਿੱਚ ਫਰਕਟੋਜ਼ ਬਹੁਤ ਵਧੀਆ, ਫਰਕਟੋਜ਼ ਹੈ, ਕੁਦਰਤੀ ਫਰਕਟੋਜ਼ ਹੈ। ਇਸ ਤੋਂ ਇਲਾਵਾ ਇਹਦੇ ਵਿੱਚ ਟਰੇਸ ਐਲੀਮੈਂਟ, ਮਿਨਰਲਸ, ਪੋਲੀਫਿਨੋਲਸ, ਫਲੈਵੀਨੋਇਡਸ, ਮਤਲਬ ਐਂਟੀਆਕਸੀਡੈਂਟ ਇੰਨੇ ਵਧੀਆ ਨੇ, ਕਿਸੇ ਵੀ ਚੀਜ਼ 'ਚ ਨਹੀਂ ਹੈ। ਖੰਜੂਰ ਆਪਣੇ ਆਪ 'ਚ ਇੱਕ ਕੰਪਲੀਟ, ਖੰਜੂਰ ਤਾਂ ਆਪਣੇ ਆਪ 'ਚ ਇੱਕ ਕੰਪਲੀਟ ਜਿਹਨੂੰ ਆਪਾਂ ਕਹਿ ਦਈਏ ਫੂਡ ਹੈ ਹੀ ਹੈ। ਜਦੋਂ ਸ਼ਹਿਦ ਹੈ ਉਹਨੂੰ ਵੀ ਆਪਾਂ ਆਪਣੇ ਆਪ 'ਚ ਇੱਕ ਕੰਪਲੀਟ ਅਤੇ ਬੈਲੈਂਸ ਫੂਡ ਮੰਨਦੇ ਹਾਂ। ਜਦੋਂ ਦੋਨੋਂ ਮਿਲ ਗਏ ਤੁਸੀਂ ਇਹ ਲਗਾ ਲਓ ਇਹ ਇੱਕ ਸੁਪਰ ਫੂਡ, ਇੱਕ ਕੈਟੇਗਰੀ 'ਚ ਆ ਜਾਂਦਾ ਹੈ। ਮਤਲਬ ਇਹ ਖੰਜੂਰਾਂ ਦਾ ਸੁਪਰ ਮੁਰੱਬਾ ਸੀ, ਇਹ ਕਹਿ ਲਈਏ ਕਿ ਇੱਕ ਤਾਂ ਖੰਜੂਰਾ ਵੈਸੇ ਅਸੀਂ ਖਾਂਦੇ ਹਾਂ, ਖੰਜੂਰਾ ਆਪਣੇ ਆਪ ਦੇ ਵਿੱਚ ਸੁਪਰ ਨੇ, ਸੁਪਰ ਡੁਪਰ ਹਿੱਟ ਨੇ, ਅਤੇ ਜੇਕਰ ਇਹਨੂੰ ਸ਼ਹਿਦ ਦੇ ਵਿੱਚ ਮਿਲਾ ਲਈਏ ਤਾਂ ਸੁਪਰ ਡੁਪਰ ਮੁਰੱਬਾ ਅਸੀਂ ਇਹਨੂੰ ਕਹਿ ਲਈਏ। ਬਿਲਕੁਲ, ਕਿਉਂਕਿ ਸ਼ਹਿਦ ਜਿਹੜਾ ਖੰਜੂਰਾਂ ਦੇ ਜਿਹੜੇ ਗੁਣ ਨੇ ਉਹਨੂੰ ਇਨਹੈਂਸ ਕਰ ਦਿੰਦਾ, ਇਸ ਤਰ੍ਹਾਂ ਹੀ ਖੰਜੂਰ ਸ਼ਹਿਦ ਦੇ ਗੁਣਾਂ ਨੂੰ ਜਿਹੜੇ ਨੇ ਇਨਹੈਂਸ ਕਰ ਦਿੰਦੀ ਹੈ। ਇਹ ਮਤਲਬ ਕਿ ਇੱਕ ਜਦੋਂ ਦੋਨੋਂ ਚੀਜ਼ਾਂ ਮਿਲਦੀਆਂ ਨੇ ਇੱਕ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ, ਇੱਕ ਬਹੁਤ ਅੱਛਾ ਟੋਨਿਕ ਬਣ ਜਾਂਦਾ। ਠੀਕ ਹੈ ਜੀ, ਇਹ ਹੈ ਸ਼ਹਿਦ ਦਾ। ਅੱਛਾ, ਅਤੇ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਇਹ ਹੈ ਕਿ ਜਿਹੜੇ ਲੋਕਾਂ ਨੂੰ ਪੇਟ ਖਰਾਬ ਦੀ ਸਮੱਸਿਆ ਆਉਂਦੀ ਹੈ, ਅਤੇ ਇੰਨੇ ਜ਼ਿਆਦਾ ਪੇਟ ਕਿਉਂ ਖਰਾਬ ਹੋ ਰਹੇ ਨੇ? ਚਲੋ ਖਾਣ ਪਾਣ ਤਾਂ ਅਸੀਂ ਕਹਿ ਲਈਏ ਕਿ ਸਾਰਿਆਂ ਦਾ ਇਸ ਤਰ੍ਹਾਂ ਹੈ ਹੀ, ਸਾਰੇ ਲੋਕ ਦੱਸ ਹੀ ਰਹੇ ਨੇ, ਚੰਗੇ ਵੈਦ ਹਕੀਮ, ਹੋਰ ਤੁਹਾਡੇ ਮੁਤਾਬਕ ਕੀ ਕਾਰਨ ਹੈਗਾ? ਜਿਹੜਾ ਪੇਟ ਅੱਜ ਕੱਲ੍ਹ ਜਿਹੜਾ ਵੀ ਜਿਸ ਤਰ੍ਹਾਂ ਸਿਸਟਮ ਚੱਲਿਆ ਹੋਇਆ, ਹਰ ਇੱਕ ਨੂੰ ਗੈਸ ਜਾਂ ਮਤਲਬ ਤੇਜ਼ਾਬ ਜਿਹਨੂੰ ਆਪਾਂ ਕਹਿ ਦਈਏ, ਜਾਂ ਪੇਟ ਦਰਦ, ਜਾਂ ਅਨਪਚ ਜਿਹਨੂੰ ਆਪਾਂ ਕਹਿ ਦਈਏ, ਜਾਂ ਪੋਟੀ ਸਹੀ ਨਾ ਆਉਣਾ, ਮਤਲਬ ਇਹ ਸਾਰੀਆਂ ਜਿਹੜੀਆਂ ਪੇਟ ਦੀਆਂ ਦਿੱਕਤਾਂ ਨੇ ਨਾ, ਇਹ ਅੱਜ ਕੱਲ੍ਹ ਕਿਉਂ ਹੋ ਰਹੀਆਂ ਨੇ? ਕਿਉਂਕਿ ਅਸੀਂ ਸਿੰਥੈਟਿਕ ਫੂਡ ਲੈ ਰਹੇ ਹਾਂ, ਜਿਹੜਾ ਸਿੰਥੈਟਿਕ ਫੂਡ ਡੱਬਾ ਬੰਦ, ਪੈਕਟ ਬੰਦ ਫੂਡ ਲੈ ਰਹੇ ਹਾਂ, ਜਿੰਨਾ ਵੀ ਇਹ ਲੈ ਰਹੇ ਹਾਂ, ਇਹਦੇ ਵਿੱਚ ਕੀ ਹੈ ਕਿ ਜਿਹੜਾ ਡੱਬਾ ਬੰਦ ਪੈਕਟ ਬੰਦ ਫੂਡ ਹੈ ਉਹਦੇ ਵਿੱਚ ਉਹ ਫੂਡ ਨਹੀਂ ਹੁੰਦਾ। ਠੀਕ ਹੈ ਨਾ, ਉਹ ਇੱਕ ਪ੍ਰਜ਼ਰਵੇਟਿਵ ਕੈਮੀਕਲ ਦਾ ਸਟੈਬਲਾਈਜ਼ਰ, ਜਿਹੜੇ ਵੀ ਉਹਨੂੰ ਉਹਦੀ ਸ਼ੈਲਫ ਲਾਈਫ ਨੂੰ ਵਧਾਉਣਾ, ਉਹਨਾਂ ਚੀਜ਼ਾਂ ਦਾ ਇੱਕ ਭੰਡਾਰ ਹੈ। ਠੀਕ ਹੈ, ਜਦੋਂ ਅਸੀਂ ਉਹ ਖਾਈ ਜਾਂਦੇ ਹਾਂ, ਬਾਰ ਬਾਰ ਖਾਈ ਜਾਂਦੇ ਹਾਂ, ਰੈਗੂਲਰ ਖਾਈ ਜਾਂਦੇ ਹਾਂ, ਅੱਜ ਕੱਲ੍ਹ ਜਿੰਨੇ ਵੀ ਯੰਗ ਏਜ ਨੇ ਉਹ ਇਸੇ ਚੀਜ਼ਾਂ ਦੇ ਟਿੱਕੇ ਹੋਏ ਨੇ, ਉਹਦੇ ਨਾਲ ਕੀ ਹੈ ਕਿ ਜਿਹੜੀ ਸਾਡੇ ਗੁੱਡ ਬੈਕਟੀਰੀਆ ਨੇ ਜਾਂ ਜਿਹਨੂੰ ਆਪਾਂ ਗੱਟ ਬੈਕਟੀਰੀਆ ਕਹਿੰਦੇ ਹਾਂ, ਉਹਨਾਂ ਦੀ ਗਿਣਤੀ ਘਟਣ ਲੱਗ ਜਾਂਦੀ ਹੈ। ਜਿਹੜੇ ਪੈਥੋਜੈਨਿਕ ਬੈਕਟੀਰੀਆ ਨੇ, ਜਿਹੜੇ ਕਿ ਸਾਨੂੰ ਬਿਮਾਰੀ ਲਿਆਉਂਦੇ ਨੇ ਸਾਡੇ ਲਈ, ਉਹਨਾਂ ਦੀ ਗਿਣਤੀ ਵਧਣ ਲੱਗ ਜਾਂਦੀ ਹੈ। ਇਹੀ ਕਾਰਨ ਹੈ ਕਿ ਅੱਜ ਦੇ ਦੌਰ ਦੇ ਵਿੱਚ ਪੇਟ ਦੀ ਪ੍ਰੋਬਲਮ ਹਰ ਇੱਕ ਬੰਦੇ ਨੂੰ ਹੈ। ਅੱਛਾ ਜੀ, ਜਿਹੜੀ ਇਹ ਚੀਜ਼ ਆਪਾਂ ਖੰਜੂਰਾਂ ਦੀ ਗੱਲ ਕੀਤੀ ਹੈ, ਉਹ ਗੱਟ ਬੈਕਟੀਰੀਆ ਨੂੰ ਦੁਬਾਰਾ ਉਹਦੀ ਗਰੋਥ ਨੂੰ ਇਨਹੈਂਸ ਕਰ, ਮਤਲਬ ਜਿਹੜੀਆਂ ਮਾੜੀਆਂ ਚੀਜ਼ਾਂ ਸਾਡੇ ਸਰੀਰ ਦੇ ਵਿੱਚ ਪਈਆਂ ਨੇ ਇਹਨੂੰ ਕੱਢ ਕੇ ਬਾਹਰ ਮਾਰੇ ਗਏ, ਜਿਹੜਾ ਸ਼ਹਿਦ ਅਤੇ ਖੰਜੂਰ ਦਾ ਸੁਮੇਲ। ਬਿਲਕੁਲ, ਇਹਨੂੰ ਜਿਹੜਾ ਇਹਨੂੰ ਅਸੀਂ ਕਹਿੰਦੇ ਸਲੋ ਪੋਇਜ਼ਨਿੰਗ ਜਿਹੜੀ ਹੈ, ਹੈਵੀ ਮੈਟਲ ਦੀ ਲਗਾ ਲਓ ਜਾਂ ਕੋਈ ਵੀ ਖਾਣੇ ਤੋਂ ਲਗਾ ਲਓ, ਜਾਂ ਜਿੰਨੇ ਵੀ ਅੱਜ ਕੱਲ੍ਹ ਆਪਾਂ ਪੋਇਜ਼ਨ ਲੈ ਰਹੇ ਹਾਂ, ਚਾਹੇ ਉਹ ਕਿਸੇ ਵੀ ਰੂਪ 'ਚ ਜਾ ਰਹੇ ਨੇ, ਸਲੋ ਪੋਇਜ਼ਨ ਨੂੰ ਇਹ ਡਿਟੋਕਸੀਫਾਈ ਕਰਦਾ। ਕਿਉਂਕਿ ਜਿਹੜਾ ਸ਼ਹਿਦ ਹੁੰਦਾ ਇਹਨੂੰ ਸਰੋਤਸ, ਜਿਹੜੇ ਆਪਣੇ ਬਹੁਤ ਮਾਈਕਰੋ ਲੈਵਲ 'ਤੇ ਜਿਹੜੇ ਸਰੋਤਸ ਹੁੰਦੇ ਨੇ, ਇਹ ਉਹਨਾਂ ਦੇ ਵਿੱਚ ਵੀ ਜਾ ਸਕਦੇ, ਸ਼ਹਿਦ ਦੇ ਇਹ ਗੁਣ ਨੇ। ਅਤੇ ਡਾਕਟਰ ਸਾਹਿਬ ਫਿਰ ਜਿਨ੍ਹਾਂ ਨੂੰ ਸਵੇਰੇ ਸਵੇਰੇ ਐਂਟਾਸਿਡ ਦੇ ਕੈਪਸੂਲ ਖਾਈ ਜਾਂਦੇ ਨੇ ਦਾਣੇਦਾਰ, ਜੇ ਕੋਈ ਕਹਿੰਦੇ ਨੇ ਜਦੋਂ ਤੱਕ ਅਸੀਂ ਗੋਲੀ ਨਾ ਲਈਏ ਸਾਨੂੰ ਤਾਂ ਪੋਟੀ ਨਹੀਂ ਆਉਂਦੀ, ਕੋਈ ਕਹਿੰਦਾ ਸਾਨੂੰ ਫੁੱਕੀ ਨਾ ਲਈਏ, ਕੋਈ ਚੂਰਨ ਨਾ ਲਈਏ, ਟੋਟਕਾ ਨੁਸਖਾ ਨਾ ਲਈਏ, ਕੋਈ ਸਾਨੂੰ ਤਾਂ ਜਦੋਂ ਤੱਕ ਪੋਟੀ ਨਹੀਂ ਆਉਂਦੀ, ਅਤੇ ਉਹਨਾਂ 'ਤੇ ਕੰਮ ਕਰੇਗਾ ਸਾਰਾ ਦਿਨ, ਜਿਹੜੇ ਗੰਦੀ ਗੰਦੀ ਹਵਾ ਪਾਸ ਹੋਈ ਜਾਂਦੀ ਹੈ, ਫਿਰ ਉਹਨਾਂ ਦਾ ਹੱਲ ਹੈ ਖੰਜੂਰਾਂ?
ਖਜੂਰਾਂ, ਅਗਰ ਤੁਹਾਡੀ ਬੋਡੀ ਦੇ ਵਿੱਚ ਐਸੀਡਿਟੀ ਵਧੀ ਹੋਈ ਹੈ, ਖਜੂਰਾਂ ਬੇਸਿਕਲੀ ਤਸੀਰ ਇਹਦੀ ਗਰਮ ਹੈ ਖਜੂਰਾਂ ਦੀ, ਜਿਹੜਾ ਸ਼ਹਿਦ ਹੈ ਸ਼ਹਿਦ ਦਾ ਜਿਹੜਾ ਰਸ ਹੈ ਉਹ ਮਧੁਰ ਹੈ, ਅਨੂਰਸ ਮਤਲਬ ਖਾਣ ਤੋਂ ਬਾਅਦ ਸਾਨੂੰ ਕਸ਼ਾਏ ਰਸ ਮਹਿਸੂਸ ਹੁੰਦਾ, ਇਹਦਾ ਵੀਰਿਆ ਸ਼ੀਤ ਹੈ, ਇਹਦਾ ਜਿਹੜੇ ਗੁਣ ਨੇ ਲਘੂ ਅਤੇ ਰੁਕਸ਼, ਮਤਲਬ ਇਹਦੇ ਬਹੁਤ ਮਤਲਬ ਜਿਹਨੂੰ ਆਪਾਂ ਕਹਿ ਦਈਏ ਇਹਦੇ ਵਿੱਚ ਨਾ ਖੁਸ਼ਕੀ ਵਾਲੇ ਗੁਣ ਨੇ ਸ਼ਹਿਦ ਦੇ ਵਿੱਚ ਵੀ, ਜਿਨ੍ਹਾਂ ਦੇ ਵਿੱਚ ਮਤਲਬ ਤੁਸੀਂ ਗੱਲ ਕੀਤੀ ਮੈਦੇ 'ਚ ਅਗਰ ਗਰਮੈਸ਼ ਹੈ ਤਾਂ ਉਹਨਾਂ ਲਈ ਇਹ ਬਹੁਤ ਅੱਛੀ ਆਪਸ਼ਨ ਨਹੀਂ ਹੈ ਕੋਈ। ਹਾਂਜੀ ਹਾਂ, ਉਹਨਾਂ ਲਈ ਨਹੀਂ ਜਿਨ੍ਹਾਂ ਨੂੰ ਅਨਪਚ ਰਹਿੰਦਾ ਹੈ, ਭੁੱਖ ਨਹੀਂ ਲੱਗ ਰਹੀ, ਜਾਂ ਫਿਰ ਜਿਹਨੂੰ ਆਪਾਂ ਕਹਿ ਦਈਏ ਜਨਰਲ ਵੀਕਨੈਸ ਰਹਿੰਦੀ ਹੈ, ਸਰੀਰ ਟੁੱਟਿਆ ਟੁੱਟਿਆ ਰਹਿੰਦਾ ਜਾਂ ਟੈਸਟੋਸਟੋਨ ਲੈਵਲ ਘੱਟ ਹੈ, ਉਹਨਾਂ ਲਈ ਇੱਕ ਬਹੁਤ ਵਧੀਆ ਆਪਸ਼ਨ ਹੈ ਸਰੀਰ ਦੇ ਵਿੱਚ। ਅਤੇ ਗ੍ਰਸਤੀ ਜ਼ਿੰਦਗੀ 'ਚ ਇਹਦਾ ਕੀ ਮੈਟਰ ਰਹਿੰਦਾ, ਜੇਕਰ ਇਸ ਤਰ੍ਹਾਂ ਅਸੀਂ ਖੰਜੂਰ ਜਿਹੜੀ ਸ਼ਹਿਦ 'ਚ ਡੁਬੋ ਕੇ ਖਾ ਲਈਏ, ਤੁਸੀਂ ਕਹਿ ਰਹੇ ਹੋ ਕਿ ਗ੍ਰਸਤੀ ਵਾਲੇ ਪਾਸੇ ਨੂੰ ਬੜੇ ਕਿਫਾਇਤੀ ਇਹਦੇ ਫਾਇਦੇ ਹੈਗੇ ਨੇ ਗ੍ਰਸਤੀ ਵਾਲੇ, ਜੇ ਆਪਾਂ ਉਹਦੇ ਵਿੱਚ ਜਾਈਏ ਸਭ ਤੋਂ ਪਹਿਲਾਂ ਤਾਂ ਇਹ ਟੈਸਟੋਸਟੋਨ ਲੈਵਲ ਨੂੰ ਵਧਾਉਂਦਾ, ਫਿਰ ਜਿਨ੍ਹਾਂ ਦੇ ਵਿੱਚ ਸਪਰਮ ਕਾਊਂਟ ਘੱਟ ਹੈ ਉਹਨਾਂ ਸਪਰਮ ਕਾਊਂਟ ਨੂੰ ਵਧਾਉਂਦਾ, ਫਿਰ ਉਸ ਤੋਂ ਬਾਅਦ ਜਿਨ੍ਹਾਂ ਦੇ ਵਿੱਚ ਸਪਰਮ ਮੋਟਿਲਿਟੀ ਮਤਲਬ ਉਹਦੀ ਮੂਵਮੈਂਟ ਜਿਹੜੀ ਘਟੀ ਹੋਈ ਹੈ ਉਹਦੇ ਵਿੱਚ ਵੀ ਬਹੁਤ ਫਾਇਦਾ ਕਰਦਾ, ਫਿਰ ਸਪਰਮ ਦੇ ਜਿਹੜਾ ਵੋਲੀਅਮ ਹੈ ਉਹਨੂੰ ਵੀ ਵਧਾਉਂਦਾ, ਮਤਲਬ ਹਰ ਪਾਸੇ ਫਿਰ ਤੁਹਾਡੀ ਟਾਈਮਿੰਗ ਨੂੰ ਵੀ ਇੰਪਰੂਵ ਕਰਦਾ ਇਹ, ਠੀਕ ਹੈ ਨਾ। ਇਹ ਤਾਂ ਬਹੁਤ ਵਧੀਆ ਚੀਜ਼ ਹੈ ਸਿਕਸ ਲਈ, ਤਾਂ ਇਹ ਬਹੁਤ ਅੱਛੀ ਚੀਜ਼ ਹੈ, ਇੱਕ ਬਹੁਤ ਅੱਛਾ ਟੋਨਿਕ, ਓਵਰਆਲ ਬੋਡੀ ਟੋਨਿਕ ਵੀ ਹੈ, ਇੱਕ ਸਿਕਸ ਲਈ ਵੀ ਬਹੁਤ ਅੱਛਾ ਟੋਨਿਕ ਹੈ ਖੰਜੂਰਾਂ ਨਾਲ ਜਦੋਂ ਸ਼ਹਿਦ ਮਿਲਦਾ। ਅੱਛਾ, ਅਤੇ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਜਾਂ ਮੇਰੀ ਗੱਲ ਸਮਝ ਆਈ ਹੈ, ਫਿਰ ਤਾਂ ਜਿਹੜੇ ਲੋਕ ਮਤਲਬ ਰਾਤ ਨੂੰ ਸੌਂਦੇ ਨੇ ਅਤੇ ਸਵੇਰੇ ਨੂੰ ਜਦੋਂ ਉੱਠਦੇ ਨੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਅਸੀਂ ਸੁੱਤੇ ਉੱਠੇ ਹਾਂ, ਅਸੀਂ ਕੰਮ ਤੋਂ ਆਏ ਹਾਂ, ਮਤਲਬ ਸਰੀਰ ਫਰੈਸ਼ ਹੋਣ ਦੀ ਥਾਂ 'ਤੇ, ਤਾਜ਼ਾ ਹੋਣ ਦੀ ਥਾਂ 'ਤੇ ਉਹਨਾਂ ਨੂੰ ਫੀਲ ਹੁੰਦਾ ਵੀ ਹੁਣ ਤਾਂ ਯਾਰ ਅੱਜ ਤਾਂ ਕੁਛ ਅਸੀਂ ਸੁੱਤੇ ਹੀ ਨਹੀਂ ਹੈਗੇ, ਮਤਲਬ ਕਮਜ਼ੋਰੀ ਇੰਨੀ ਫੀਲ ਹੁੰਦੀ ਹੈ, ਪੈਰ ਨਹੀਂ ਕਈ ਵਾਰ ਲੱਗਦਾ, ਪੈਰ ਹੇਠਾਂ ਲਾਉਂਦੇ ਨੇ ਤਾਂ ਦਰਦ ਕਰਦਾ, ਉਹਦੇ 'ਚ ਕੁਛ ਕਾਰਗਰ ਹੈ ਜੀ? ਉਹਦੇ ਵਿੱਚ ਤਾਂ ਬਹੁਤ ਕਾਰਗਰ ਚੀਜ਼ ਹੈ ਇਹ, ਜਿੰਨੀ ਵੀ ਜਨਰਲ ਵੀਕਨੈਸ ਹੈ ਚਾਹੇ ਦੀ ਉਹ ਮਸਕਿਊਲਰ ਮਾਇਓਪੈਥੀ ਲਗਾ ਲਓ ਤੁਸੀਂ, ਠੀਕ ਹੈ, ਜਾਂ ਆਪਾਂ ਨੂੰ ਜਿਹੜੇ ਜਿਸ ਤਰ੍ਹਾਂ ਡਾਇਬਿਟਿਕ ਹੈ ਪੇਸ਼ੈਂਟ, ਠੀਕ ਹੈ ਨਾ, ਉਹਦੇ ਵਿੱਚ ਵੀ ਇਹ ਕਮਜ਼ੋਰੀ ਹੁੰਦੀ ਹੈ, ਜਨਰਲ ਵੀਕਨੈਸ ਹੁੰਦੀ ਹੈ, ਉਹਦੇ ਲਈ ਵੀ ਬਹੁਤ ਅੱਛੀ ਚੀਜ਼ ਹੈ, ਜਾਂ ਜਿਨ੍ਹਾਂ ਨੂੰ ਥ੍ਰੰਬੋਸਾਈਟੋਪੀਨੀਆ ਜਾਂ ਟਾਈਫਾਇਡ ਵਾਲੇ ਪੇਸ਼ੈਂਟ ਤੁਸੀਂ ਦੇਖੇ ਨੇ, ਉਹਨਾਂ ਨੂੰ ਤਾਂ ਹਮੇਸ਼ਾ ਹੀ ਕਮਜ਼ੋਰੀ ਰਹਿੰਦੀ ਹੈ, ਕਮਜ਼ੋਰੀ ਮਹਿਸੂਸ ਕਰਦੇ ਰਹਿੰਦੇ ਨੇ, ਉਹਨਾਂ ਲਈ ਬਹੁਤ ਵਧੀਆ, ਜਾਂ ਜਿਹੜੇ ਹਾਰਡ ਵਰਕਰ ਨੇ ਮਤਲਬ ਸਖਤ ਕੰਮ ਕਰਦੇ ਨੇ, ਥਕਾਵਟ ਹੁੰਦੀ ਹੈ, ਠੀਕ ਹੈ, ਉਹਦੇ ਲਈ ਵੀ ਇੱਕ ਬਹੁਤ ਵਧੀਆ ਚੀਜ਼ ਹੈ। ਇਸ ਤੋਂ ਇਲਾਵਾ ਜਿੰਨਾ ਜਿਹੜਾ ਸਿਸਟਮ ਲਗਾ ਲਓ ਤੁਸੀਂ ਇਨਸੋਮੇਨੀਆ, ਜਿਨ੍ਹਾਂ ਨੂੰ ਪ੍ਰੋਪਰ ਨੀਂਦ ਨਹੀਂ ਆਉਂਦੀ, ਜਾਂ ਕੋਈ ਤੁਹਾਨੂੰ ਡਿਪਰੈਸ਼ਨ ਹੈ, ਠੀਕ ਹੈ, ਜਾਂ ਐਨਜ਼ਾਇਟੀ ਹੈ, ਉਹਦੇ ਵਿੱਚ ਇਹ ਬਹੁਤ ਲਾਹੇਵੰਦ ਚੀਜ਼ ਹੈ। ਇਹ ਤੋਂ ਇਲਾਵਾ ਜਿੰਨਾ ਵੀ ਆਪਾਂ ਲਗਾ ਲਈਏ ਹਾਰਟ ਵਾਲਾ ਸਿਸਟਮ ਹੈ ਆਪਣਾ, LDL ਸਿਸਟਮ, LDL ਜਿਹੜਾ ਲੋ ਡੈਂਸਿਟੀ ਲਿਪੋਪ੍ਰੋਟੀਨ ਹੁੰਦਾ, ਜਿਹਨੂੰ ਆਪਾਂ ਹਾਰਮਫੁਲ ਆਪਣਾ ਕੋਲੈਸਟ੍ਰੋਲ ਕਹਿੰਦੇ ਹਾਂ, ਉਹਨੂੰ ਘਟਾਉਂਦਾ ਹੈ, HDL ਨੂੰ ਵਧਾਉਂਦਾ, ਠੀਕ ਹੈ, ਹਾਰਟ ਦੀ ਫੰਕਸ਼ਨਿੰਗ ਨੂੰ ਇਹ ਇੰਪਰੂਵ ਕਰਦਾ, ਜਿਹੜੀ ਐਥਰੋਸਿਕਲੋਰਸਿਸ ਹੁੰਦੀ ਹੈ, ਮਤਲਬ ਜਿਹੜਾ ਆਪਣੇ ਆਰਟਰੀਜ਼ ਦੇ ਵਿੱਚ ਜਦੋਂ ਕੋਲੈਸਟ੍ਰੋਲ ਜਾਂ ਆਪਣਾ ਕੈਲਸ਼ੀਅਮ ਜੰਮਣ ਲੱਗ ਜਾਂਦਾ, ਉਹਨੂੰ ਇਹ ਸਾਫ਼ ਕਰਦਾ, ਮਤਲਬ ਜਿਹੜਾ ਸ਼ਹਿਦ ਹੈ ਨਾ, ਸ਼ਹਿਦ ਕਿਸ ਤਰ੍ਹਾਂ ਜਿਹੜਾ ਮਾਈਕਰੋ ਤੋਂ ਮਾਈਕਰੋ ਸਰੋਤਸ ਦੇ ਵਿੱਚ ਵੀ ਜਾਂਦਾ ਇਹ, ਠੀਕ ਹੈ ਨਾ, ਆਪਣਾ ਕੰਮ ਕਰਦਾ। ਡਾਕਟਰ ਸਾਹਿਬ ਤੁਸੀਂ ਤਾਂ ਇੱਕ ਸਾਂਝ ਬਹੁਤ ਸਾਰੀਆਂ ਚੀਜ਼ਾਂ ਗਿਣਵਾਤੀਆਂ, ਵਾਕਈ ਇੰਨੇ ਫਾਇਦੇ ਹੁੰਦੇ ਨੇ? ਨਹੀਂ, ਸ਼ਹਿਦ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਤਲਬ ਇਹਦੇ ਹਰ ਉਹਦੇ ਵਿੱਚ ਗ੍ਰੰਥ ਦੇ ਵਿੱਚ ਲਿਖਿਆ ਹੋਇਆ, ਠੀਕ ਹੈ ਨਾ, ਇਹਦਾ ਬਹੁਤ ਜ਼ਿਆਦਾ ਫਾਇਦੇ ਨੇ, ਇਸ ਤਰ੍ਹਾਂ ਖੰਜੂਰ ਦੇ ਆਪਣੇ ਫਾਇਦੇ ਨੇ, ਸ਼ਹਿਦ ਤਾਂ ਇੱਕ ਬਹੁਤ ਅੱਛਾ ਟੋਨਿਕ ਹੈ ਆਪਣੇ ਆਪ 'ਚ। ਜੀ ਜੀ ਜੀ। ਅੱਛਾ, ਅਤੇ ਫਿਰ ਡਾਕਟਰ ਸਾਹਿਬ ਇਹ ਜਿਹੜੇ ਤੁਸੀਂ ਇਹ ਵੀ ਸ਼ਹਿਦ ਰੱਖੇ ਹੋਏ ਨੇ, ਤਰ੍ਹਾਂ ਤਰ੍ਹਾਂ ਦੇ ਰੰਗ ਬਿਰੰਗੇ ਸ਼ਹਿਦ ਕੀ ਕਰਦੇ ਨੇ ਜੀ? ਸ਼ਹਿਦ ਤੁਸੀਂ ਰੱਖੇ ਨੇ ਰੰਗ ਬਿਰੰਗੇ, ਅਤੇ ਜਿਹੜਾ ਸ਼ਹਿਦ ਤੁਸੀਂ ਕਹਿ ਰਹੇ ਹੋ ਵੀ ਸ਼ੂਗਰ ਵਾਲਾ ਪੇਸ਼ੈਂਟ ਹੈਗਾ ਉਹ ਲੈ ਸਕਦਾ, ਉਹ ਕਿਹੜਾ ਸ਼ਹਿਦ? ਆਹ ਸ਼ਹਿਦ ਹੈ ਜੀ ਕਿਹੜਾ? ਇਹ ਰੰਗ ਬਿਰੰਗੇ ਨੇ, ਇਹ ਇਹਨਾਂ ਦਾ ਨਾ ਜਿਹੜਾ ਨੈਕਟਰ ਡਿਪੈਂਡ ਕਰਦਾ ਵੀ ਉਹਦਾ ਕਲਰ ਕੀ ਹੈ, ਨੈਕਟਰ ਇਹ ਅਸਲ ਸ਼ਹਿਦ ਹੈ ਕੀ ਬੇਸਿਕਲੀ? ਸ਼ਹਿਦ ਇੱਕ ਮਤਲਬ ਮੱਖੀ ਹੈ, ਜਿਹੜੀ ਮਧੂ ਮੱਖੀ ਹੈ ਆਪਾਂ ਬੀ ਕਹਿ ਦਈਏ, ਠੀਕ ਹੈ ਨਾ, ਉਹ ਕੀ ਕਰਦੀ ਹੈ ਕਿ ਫਲਾਵਰ ਦਾ ਜਿਹੜਾ ਨੈਕਟਰ ਹੈ ਉੱਥੋਂ ਜਾ ਕੇ ਆਪਣਾ ਜੂਸ ਐਕਸਟ੍ਰੈਕਟ ਕਰਦੀ ਹੈ ਫਲਾਵਰ ਦਾ, ਉਸ ਤੋਂ ਬਾਅਦ ਜਾ ਕੇ ਉਹ ਮਧੂ ਮੱਖੀ ਨੂੰ ਦਿੰਦੀ ਹੈ, ਉੱਥੋਂ ਜਿਹੜਾ ਸਿਸਟਮ ਹੈ ਉਹ ਬਹੁਤ ਲੰਬਾ ਚੌੜਾ ਸਿਸਟਮ ਹੈ, ਉਹਦੇ ਵਿੱਚ ਨਹੀਂ ਆਪਾਂ ਜਾਣਾ,
ਤੇ ਉੱਥੇ ਜਾ ਕੇ ਇਹ ਕੁਰਾਨ ਦੇ ਵਿੱਚ ਬੜਾ ਘੈਂਟ ਤਰੀਕੇ ਨਾਲ ਬਹੁਤ ਅਲੈਬੋਰੇਟ ਕਰਕੇ ਦੱਸਿਆ ਗਿਆ ਇਹਦੇ ਵਿੱਚ। ਹਾਂ ਹਾਂ, ਬਹੁਤ ਜ਼ਿਆਦਾ ਸ਼ਾਇਦ। ਤੇ ਜੇ ਤੁਸੀਂ ਸੋਚ ਲਓਗੇ ਵੀ ਤੁਸੀਂ ਦੇਖੋਗੇ ਵੀ ਕੁਦਰਤ ਇੰਨੀ ਬਾਕਮਾਲ ਕੰਮ ਕਰ ਰਹੀ ਹੈ ਯਾਰ, ਆਪਾਂ ਤਾਂ ਸੋਚ ਨਹੀਂ ਸਕਦੇ ਵੀ ਇੱਕ ਸ਼ਾਇਦ ਬਣਨ ਲਈ, ਇੱਕ ਚਮਚ ਬਣਨ ਲਈ ਕਿੰਨੀ ਮਤਲਬ ਐਨਰਜੀ ਲੱਗੀ ਹੈ, ਇੱਕ ਉਹਦੀ ਮਿਹਨਤ ਲੱਗੀ ਹੈ। ਜੇ ਆਪਾਂ ਇਹ ਸੋਚਣ ਲੱਗ ਜਾਈਏ ਤਾਂ ਫਿਰ ਤਾਂ ਮਤਲਬ ਇਹ ਤਾਂ ਸੋਚ ਤੋਂ ਪਰੇ ਨੇ ਚੀਜ਼ਾਂ ਇਹ। ਅਤੇ ਇਹ ਜਿਹੜਾ ਤੁਸੀਂ ਕਲਰ ਕਹਿੰਦੇ ਹੋ, ਡਿਪੈਂਡ ਕਰਦਾ ਕਿ ਜਿਹੜਾ ਫਲਾਵਰ ਦਾ ਨੈਕਟਰ ਉਹ ਕਿਹੜੇ ਕਲਰ ਦਾ, ਠੀਕ ਹੈ ਨਾ, ਉਹ 'ਤੇ ਡਿਪੈਂਡ ਕਰਦਾ। ਜਿਸ ਤਰ੍ਹਾਂ ਹੁਣ ਇਹ ਹੈ, ਇਹ ਆਪਣਾ ਹੈ ਸਫੈਦੇ ਵਾਲਾ, ਵੀ ਜਦੋਂ ਸਫੈਦੇ ਵਾਲਾ ਤਾਂ ਸ਼ਾਇਦ ਅੱਜ ਕੱਲ੍ਹ ਮਿਲਦਾ ਨਹੀਂ ਡਾਕਟਰ ਸਾਹਿਬ, ਬਹੁਤ ਘੱਟ। ਹਾਂ, ਸਫੈਦੇ ਵਾਲਾ ਸ਼ਾਇਦ ਹੁਣ ਬਹੁਤ ਘੱਟ ਮਿਲਦਾ। ਉਹ ਕਿਉਂ? ਕਿਉਂਕਿ ਜਿੱਥੇ ਆਪਾਂ ਜਿਹੜੀ ਆਪਾਂ ਜਿੱਥੇ ਰੱਖੀਆਂ ਹੋਈਆਂ ਨੇ ਬੀਜ, ਠੀਕ ਹੈ ਨਾ, ਅਗਰ ਉਹ ਉੱਥੇ ਨੇੜੇ ਸਫੈਦਾ ਉਹਦੇ ਫਲਾਵਰ 'ਤੇ ਬੈਠਦੀਆਂ, ਇੱਥੋਂ ਐਕਸਟ੍ਰੈਕਟ ਕੀਤਾ ਹੋਇਆ ਹੈ। ਇਸ ਤਰ੍ਹਾਂ ਇਹ ਆ ਗਿਆ ਮਲਟੀ ਫਲੋਰਾ, ਮਤਲਬ ਇੱਕ ਤੋਂ ਜ਼ਿਆਦਾ ਫੁੱਲ। ਇਹ ਥੋੜ੍ਹਾ ਜਿਹਾ ਲਾਈਟ ਹੈ ਕਲਰ, ਇਹ ਕਸ਼ਮੀਰੀ ਮਲਟੀ ਫਲੋਰਾ ਸ਼ਾਇਦ ਹੈ, ਠੀਕ ਹੈ ਜੀ। ਜਦੋਂ ਇੱਕ ਤੋਂ ਵੱਧ ਫਲਾਵਰਸ 'ਤੇ ਬੈਠਦੀਆਂ ਨੇ ਮਲਟੀ ਫਲੋਰਾ 'ਚ, 5-6 ਫਲਾਵਰ ਨੇ ਇਹਦੇ ਵਿੱਚ, ਠੀਕ ਹੈ ਨਾ, ਜਿਹੜੇ ਅਲੱਗ ਅਲੱਗ ਫਲਾਵਰਾਂ 'ਤੇ ਬੈਠਦੀਆਂ ਨੇ ਉਹ ਸ਼ਾਇਦ ਇਕੱਠਾ ਕਰਦੀਆਂ ਨੇ, ਅਤੇ ਇਹ ਉਹ ਆ ਗਿਆ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਸ਼ੂਗਰ ਵਾਲਾ, ਵੈਸੇ ਤਾਂ ਜੇ ਤੁਸੀਂ ਲਿਟਰੇਚਰ 'ਚ ਪੜ੍ਹੋਗੇ ਵੀ ਜਿਹੜਾ ਕਿੱਕਰ ਦਾ ਸ਼ਹਿਦ ਹੈ ਉਹ ਜ਼ਿਆਦਾ ਮਿੱਠਾ ਹੈ, ਠੀਕ ਹੈ ਨਾ, ਲਿਟਰੇਚਰ ਦੇ ਹਿਸਾਬ ਨਾਲ। ਪਰ ਜੇ ਅਗਰ ਆਪਾਂ ਕਸ਼ਮੀਰੀ ਸ਼ਹਿਦ ਦੀ ਗੱਲ ਕਰੀਏ, ਇਹ ਦੋਨੋਂ ਤਿੰਨੋਂ ਜਿਹੜੇ ਆ ਸ਼ਹਿਦ ਨੇ, ਇਹਨਾਂ ਨਾਲੋਂ ਇਹਦੇ ਵਿੱਚ ਅੱਧਾ ਮਿੱਠਾ ਹੀ ਹੈ। ਹਾਂ, ਇਹਦੇ ਵਿੱਚ ਜਿਹੜਾ ਗਲੂਕੋਜ਼ ਆਪਾਂ ਉਹ ਕਹਿ ਦਈਏ ਮਿੱਠੇ ਦਾ ਕੰਟੈਂਟ ਹੈ, ਉਹ ਹਾਫ ਹੀ ਹੈ ਇਹਨਾਂ ਨਾਲੋਂ, ਠੀਕ ਹੈ ਨਾ। ਮਤਲਬ ਤਾਂ ਇਹ ਹੋਇਆ ਫਿਰ ਇਹ ਇਹਨਾਂ ਨਾਲੋਂ ਜ਼ਿਆਦਾ ਜ਼ਬਰਦਸਤ ਹੋਇਆ ਜੀ, ਇਹ ਤਾਂ ਕਿਆ ਬਾਤ ਹੈ। ਇਹਨੂੰ ਤੁਸੀਂ ਸ਼ੂਗਰ ਵਾਲਾ ਵੀ ਲੈ ਸਕਦੇ, ਬੱਚੇ ਵੀ ਲੈ ਸਕਦੇ ਨੇ, ਬੁਢਾਪੇ 'ਚ ਵੀ ਲੈ ਸਕਦੇ ਹੋ, ਇਹਦੇ ਗੁਣ ਇਹਨਾਂ ਨਾਲੋਂ ਕਿਤੇ ਉੱਪਰ ਨੇ। ਮਤਲਬ ਜਿਹੜਾ ਇਹ ਕਸ਼ਮੀਰੀ ਸ਼ਹਿਦ ਇਸ ਵੇਲੇ ਕਸ਼ਮੀਰੀ ਕਿੱਕਰ ਦਾ ਸ਼ਹਿਦ ਜਿਹੜਾ ਤੁਹਾਡੇ ਕੋਲ ਪਿਆ, ਜੇਕਰ ਅਸੀਂ ਖੰਜੂਰਾਂ ਦਾ ਮੁਰੱਬਾ ਬਣਾਉਣਾ ਹੋਵੇ ਜਾਂ ਸੁਪਰ ਡੂਪਰ ਹਿੱਟ ਮੁਰੱਬਾ ਬਣਾਉਣਾ ਹੋਵੇ, ਤਾਂ ਉਹਦੇ ਵਿੱਚ ਜੇਕਰ ਇਹ ਸ਼ਹਿਦ ਪਾ ਲਿਆ ਜਾਵੇ ਤਾਂ ਇਹਦੀ ਤਾਕਤ 11 ਨਹੀਂ 24-25 ਤੱਕ ਜਾ ਪਹੁੰਚੂਗੀ। ਹਾਂ ਬਿਲਕੁਲ, ਇਹ ਜ਼ਿਆਦਾ ਗੁਣਵਾਨ ਹੈ, ਇਹਦੇ ਨਾਲੋਂ ਜ਼ਿਆਦਾ ਗੁਣਵਾਨ ਹੈ। ਕਿਉਂਕਿ ਜਿਹੜਾ ਕਿੱਕਰ ਦੱਸਿਆ ਗਿਆ ਨਾ, ਕਿੱਕਰ ਵੈਸੇ ਵੀ ਸਿਹਤ ਲਈ ਬਹੁਤ ਵਧੀਆ, ਠੀਕ ਹੈ। ਉਹਦੀ ਦਾਤਨ ਵੀ ਪਹਿਲਾਂ ਆਪਾਂ ਕਰਦੇ ਸੀ, ਸੱਕ ਵੀ ਕਰਦੇ ਸੀਗੇ, ਉਹਦੇ ਜਿਹੜੇ ਤੁੱਕੇ ਨੇ, ਅਤੇ ਕਿੱਕਰ ਦੇ ਤੁਸੀਂ ਸੁਣਿਆ ਹੋਊਗਾ, ਉਹ ਵੀ ਗੋਡਿਆਂ ਲਈ ਆਪਣੇ ਹੱਡੀਆਂ ਲਈ ਬਹੁਤ ਵਧੀਆ ਨੇ, ਠੀਕ ਹੈ ਨਾ। ਉਹ ਜਿਹੜਾ ਫਲਾਵਰ ਦੇ ਵਿੱਚੋਂ ਜਿੱਥੋਂ ਐਕਸਟ੍ਰੈਕਟ ਕੱਢ ਕੇ ਲਿਆਉਂਦੀ ਹੈ ਮੱਖੀ, ਠੀਕ ਹੈ ਨਾ, ਤੁਸੀਂ ਸੋਚੋ ਵੀ ਉਹ ਕਿੰਨਾ ਤਾਕਤਵਰ ਹੋਊਗਾ, ਠੀਕ ਹੈ ਜੀ। ਇਹਦਾ ਜੇ ਆਪਾਂ ਜੇ ਤਾਂ ਤੁਸੀਂ ਆਪਾਂ ਜਾਵਾਂਗੇ ਲਿਟਰੇਚਰ ਦੇ ਹਿਸਾਬ ਨਾਲ, ਵੀ ਗੂਗਲ ਦੇ ਹਿਸਾਬ ਨਾਲ ਵੀ ਇਹਦੇ 'ਚ ਮਿੱਠਾ ਕਿੰਨਾ, ਉਹਦੇ ਵਿੱਚ ਤਾਂ ਲਿਖਿਆ ਹੋਇਆ ਕਿ ਇਹਦਾ ਮਿੱਠਾ ਬਾਕੀ ਸ਼ਾਇਦ ਉਹਨਾਂ ਨੂੰ ਜ਼ਿਆਦਾ ਹੈ, ਪਰ ਜਦੋਂ ਤੁਸੀਂ ਟੇਸਟ ਕਰੋਗੇ ਇਹਦਾ ਮਿੱਠਾ, ਜਿਹੜੀ ਕਸ਼ਮੀਰੀ ਕਿੱਕਰ ਹੈ, ਮੈਂ ਗੱਲ ਸਿਰਫ ਕਸ਼ਮੀਰੀ ਕਿੱਕਰ ਦੀ ਕਰ ਰਿਹਾ, ਉਹਦੇ ਵਿੱਚ ਮਿੱਠਾ ਜਿਹੜਾ ਮਿਲੂਗਾ ਅੱਧਾ ਹੀ ਮਿਲੂਗਾ ਇਹਦੇ ਨਾਲੋਂ, ਬਾਕੀ ਜਿਹੜਾ ਤਿੰਨਾਂ ਨਾਲੋਂ ਮਿੱਠਾ ਤਿੰਨਾਂ ਚਾਰਾਂ ਨਾਲੋਂ ਅੱਧਾ ਹੀ ਮਿਲੂਗਾ ਇਹਦੇ ਵਿੱਚ। ਚਲੋ, ਬਿਲਕੁਲ ਇਸ ਤਰ੍ਹਾਂ ਦਾ, ਬਿਲਕੁਲ ਅਲੱਗ ਹੀ ਲੱਗੂ, ਜਿਸ ਤਰ੍ਹਾਂ ਚਾਸ਼ਨੀ ਹੈ, ਇਹਨੂੰ ਦੇਖਣ 'ਤੇ ਕੋਈ ਕਹਿੰਦਾ ਹੀ ਨਹੀਂ ਕਿ ਤਾਂ ਲੱਗਦਾ ਜਿਵੇਂ ਜਲੇਬੀ ਦੀ ਚਾਸ਼ਨੀ ਕੱਢ ਕੇ ਰੱਖੀ ਹੁੰਦੀ। ਬਿਲਕੁਲ, ਦੇਖਣ 'ਤੇ ਕੋਈ ਕਹਿੰਦਾ ਨਹੀਂ, ਮੰਨਦਾ ਨਹੀਂ ਵੀ ਇਹ ਸ਼ਹਿਦ ਹੈ, ਇੱਕ ਨਵੀਂ ਸਭ ਦੇ ਵਿੱਚੋਂ ਜੰਮਿਆ ਜਿਹਾ ਹੋਇਆ ਜੀ, ਇਹ ਜੰਮਿਆ ਹੋਇਆ ਸ਼ਹਿਦ ਕਹਿੰਦੇ ਨੇ, ਜਿਹੜਾ ਸ਼ਹਿਦ ਹੁੰਦਾ ਜੰਮਿਆ ਉਹ ਤਾਂ ਜੀ ਬਹੁਤ ਤਰੀਕੇ ਨਾਲ ਦੇਖਿਆ ਜਾਂਦਾ ਉਹਨੂੰ। ਨਹੀਂ, ਇਹ ਦੇਖੋ ਜੰਮਣਾ ਜਾਂ ਨਾ ਜੰਮਣਾ ਇਹ ਪਿਓਰਿਟੀ ਦਾ ਕੋਈ ਪੈਮਾਨਾ ਨਹੀਂ, ਠੀਕ ਹੈ ਨਾ, ਇਹ ਡਿਪੈਂਡ ਕਰਦਾ ਹੈ ਕਿ ਕਿੱਥੇ ਦੀ ਉਹ ਹੈ, ਜਿੱਥੇ ਥੋੜ੍ਹੀ ਜਿਹੀ ਮੋਇਸਚਰ, ਜਿਸ ਤਰ੍ਹਾਂ ਹੁਣ ਕਸ਼ਮੀਰ 'ਚ ਮੋਇਸਚਰ ਥੋੜ੍ਹੀ ਜਿਹੀ ਜ਼ਿਆਦਾ ਰਹਿੰਦੀ ਹੈ ਤਾਂ ਉੱਥੇ ਦਾ ਜਿਹੜਾ ਸ਼ਹਿਦ ਹੈ ਉਹ ਜੰਮ ਵੀ ਜਾਂਦਾ ਕਈ ਵਾਰ। ਉਹ ਅਲੱਗ ਅਲੱਗ ਫਲਾਵਰ 'ਤੇ ਡਿਪੈਂਡ ਕਰਦਾ ਕਿ ਬੇਰੀ ਵਾਲਾ ਹੈ, ਸਫੈਦੇ ਵਾਲਾ ਹੈ, ਜਾਂ ਮਲਟੀ ਫਲੋਰ ਹੈ, ਜਾਂ ਕਿੱਕਰ ਦਾ। ਇਹਨਾਂ ਦੀਆਂ ਅਲੱਗ ਅਲੱਗ ਪ੍ਰੋਪਰਟੀਜ਼ ਨੇ, ਅਲੱਗ ਅਲੱਗ ਇਹਨਾਂ ਦੇ ਜਿੰਨਾ ਵੀ ਉਹ ਹੈ ਐਨਾਲਾਈਸਿਸ, ਉਹ ਅਲੱਗ ਅਲੱਗ ਹੈ, ਠੀਕ ਹੈ ਨਾ। ਇਹਦੇ 4-5 ਟੈਸਟ ਹੁੰਦੇ ਨੇ ਵੈਸੇ, ਜੇ ਅਗਰ ਆਪਾਂ ਦੇਖਣਾ ਹੋਵੇ ਪਿਓਰ ਹੈ, ਉਹਦੇ ਵਿੱਚ ਡਿਜ਼ੋਲਵ ਟੈਸਟ ਹੁੰਦਾ, ਇੱਕ ਕੌਂਬ ਟੈਸਟ ਹੁੰਦਾ, ਜਾਂ ਫਿਰ ਇੱਕ ਬਲੋਟ ਟੈਸਟ ਹੁੰਦਾ, ਜਾਂ ਇੱਕ ਫਲੇਮ ਟੈਸਟ ਹੁੰਦਾ, ਠੀਕ ਹੈ। ਇਸ ਤਰ੍ਹਾਂ 4-5 ਟੈਸਟ ਹੁੰਦੇ ਨੇ, ਉਹਨਾਂ ਨੂੰ ਆਪਾਂ ਦੇਖ ਕੇ ਇੱਕ ਪਿਓਰਿਟੀ ਦੇਖ ਸਕਦੇ ਹਾਂ ਸ਼ਹਿਦ ਦੀ, ਠੀਕ ਹੈ ਜੀ। ਅੱਛਾ, ਅਤੇ ਫਿਰ ਡਾਕਟਰ ਸਾਹਿਬ ਆਖਿਰ ਦੇ ਵਿੱਚ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਨੁਸਖਾ ਫਾਰਮੂਲਾ ਸ਼ਹਿਦ ਵਾਲਾ ਬਣਾਉਣਾ ਕਿਵੇਂ ਹੈ? ਸਾਡੇ ਕੋਲ ਖੰਜੂਰਾਂ ਵੀ ਪਈਆਂ ਨੇ, ਸਾਡੇ ਕੋਲ ਸ਼ਹਿਦ ਵੀ ਪਿਆ, ਕਿਵੇਂ ਉਹਦੀ ਖੰਜੂਰ ਕੱਢਣੀ ਹੈ, ਔਰ
ਆਖਿਰ ਦੇ ਵਿੱਚ ਜਿਹੜਾ ਇਹ ਨੁਸਖਾ ਨਹੀਂ ਲਊਗਾ ਜਾਂ ਨਹੀਂ ਲੈ ਰਿਹਾ ਉਹਨੂੰ ਕੀ ਨੁਕਸਾਨ ਝੱਲਣੇ ਪੈ ਸਕਦੇ ਨੇ ਸਰਦੀਆਂ 'ਚ ਆਮ ਕਰਕੇ, ਜਿਹੜੇ ਇਸ ਖੰਜੂਰ ਤੋਂ ਬੜੀ ਆਸਾਨੀ ਨਾਲ ਅਸੀਂ ਲੈ ਸਕਦੇ ਹਾਂ, ਦਵਾਈਆਂ ਬੂਟੀਆਂ ਗੋਲੀਆਂ ਜਿਹੜੇ ਕੈਪਸੂਲ ਸਾਡੇ ਘਰਾਂ 'ਚ ਨੇ ਉਹ ਸੁੱਟ ਸਕਦੇ ਹਾਂ ਅਸੀਂ ਪਰਾਂ? ਬਸ ਇਹਦੇ ਵਿੱਚ ਤਾਂ ਸਿੰਪਲ ਹੈ, ਤੁਸੀਂ ਕੁਛ ਨਹੀਂ ਕਰਨਾ। ਜਿਸ ਤਰ੍ਹਾਂ ਸਾਬਤ ਖੰਜੂਰ ਲੈਣੀ ਹੈ, ਇਹਦੇ ਵਿੱਚੋਂ ਗੁਠਲੀ ਕੱਢ ਦੇਣੀ ਹੈ। ਗੁਠਲੀ ਕੱਢ ਕੇ 10 ਖੰਜੂਰਾਂ ਤੁਸੀਂ ਇੱਕ ਕਟੋਰੀ ਇੰਨਾ ਕੁ ਬਾਊਲ ਲੈ ਲਓ ਇਹਦੇ ਵਿੱਚ, ਜਿਸ ਤਰ੍ਹਾਂ ਆਪਾਂ ਪਾਉਣੀਆਂ ਨੇ 10 ਖੰਜੂਰਾਂ ਪਾ ਦਿਓ ਇਹਦੇ ਵਿੱਚ। ਮਤਲਬ ਕਰੀਬ ਤੁਸੀਂ 70 ਤੋਂ ਲੈ ਕੇ 100 ml ਸ਼ਹਿਦ ਲੈ ਲੈਣਾ, ਠੀਕ ਹੈ ਜੀ? 100 ਗ੍ਰਾਮ ਦੇ ਕਰੀਬ ਸ਼ਹਿਦ ਲੈ ਲੈਣਾ, ਇਹਦੇ ਵਿੱਚ ਪਾ ਲਓ 10 ਖੰਜੂਰਾਂ ਪਾ ਲਓ। ਵਧੀਆ ਤਾਂ ਮੈਂ ਵੈਸੇ ਇਹੀ ਕਹਿ ਦੂੰ ਕਿ ਇਹਨੂੰ ਹਫ਼ਤਾ ਆਪਾਂ ਪਾ ਕੇ ਰੱਖੀਏ, ਇੱਕ ਹਫ਼ਤਾ, ਹਾਂ, ਜਾਰ ਦੇ ਵਿੱਚ ਪਾ ਕੇ ਰੱਖ ਦਿਉ ਇੱਕ ਹਫ਼ਤਾ, ਠੀਕ ਹੈ ਜੀ? ਫਿਰ ਉਹਦਾ ਸਾਰਾ ਅਬਜ਼ੋਰਬ ਹੋ ਜਾਂਦਾ, ਇਹਦੇ ਵਿੱਚ ਸ਼ਹਿਦ ਅਬਜ਼ੋਰਬ ਹੋ ਜਾਂਦਾ। ਵਧੀਆ ਤਾਂ ਇਹੀ ਰਹਿੰਦਾ ਕਿ ਇਹਨੂੰ ਹਫ਼ਤਾ ਪਹਿਲਾਂ ਆਪਾਂ ਡਿਪ ਕਰਕੇ ਰੱਖੀਏ, ਠੀਕ ਹੈ ਜੀ? ਇਹ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਇਹਦੇ ਵਿੱਚੋਂ ਗਿਟਕਾਂ ਕੱਢ ਦਿੱਤੀਆਂ ਨੇ ਇਹਦੀਆਂ, ਔਰ ਬੀਜ ਇਹਦਾ ਕੱਢ ਦਿੱਤਾ, ਗਿਟਕ ਕੱਢ ਦਿੱਤੀ, ਅਤੇ ਉਸ ਤੋਂ ਬਾਅਦ ਫਿਰ ਤੁਹਾਡੇ ਸਾਹਮਣੇ ਨੁਸਖਾ ਫਾਰਮੂਲਾ ਸੁਪਰ ਡੁਪਰ ਜਿਹੜਾ ਹਿੱਟ ਖੰਜੂਰ ਦਾ ਮੁਰੱਬਾ, ਇਹ ਬਣਾਉਣ ਦੀ ਜਿਹੜੀ ਕਲਾ ਹੈਗੀ ਹੈ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਹਫ਼ਤਾ ਘੱਟੋ ਘੱਟ ਇਹਨਾਂ ਨੂੰ ਇਸੇ ਤਰੀਕੇ ਨਾਲ ਅਸੀਂ ਖੰਜੂਰਾਂ ਨੂੰ ਜਿਵੇਂ ਕਿ ਆਹ ਭਿਉਂ ਕੇ ਰੱਖੀਆਂ ਗਈਆਂ ਨੇ ਇਸੇ ਤਰੀਕੇ ਨਾਲ ਪੂਰੀਆਂ ਡਿਪ ਹੋਣੀਆਂ ਚਾਹੀਦੀਆਂ ਨੇ, ਪੂਰੀਆਂ ਡਿਪ ਹੋਣੀਆਂ ਚਾਹੀਦੀਆਂ, ਸ਼ਹਿਦ ਦੇ ਉੱਪਰ ਹੋਣਾ ਚਾਹੀਦਾ, ਠੀਕ ਹੈ ਜੀ? ਫਿਰ ਇਹਨੂੰ ਹਫ਼ਤੇ ਬਾਅਦ ਲੈਣਾ ਸ਼ੁਰੂ ਕਰੋ। ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਵੀ ਸਰਦੀ ਆਉਣ ਵਾਲੀ ਹੈ, ਕੀ ਫਾਇਦਾ ਕਰੂ, ਸਭ ਤੋਂ ਵਧੀਆ ਰਹਿੰਦਾ ਹੈ ਜਿਹੜੀ ਇਹ ਚੀਜ਼, ਜਿੰਨੇ ਵੀ ਕਫ ਜਿਹਨਾਂ ਨੂੰ ਦੋਸ਼ ਹੈ, ਜਿਸ ਤਰ੍ਹਾਂ 3 ਪ੍ਰਕਿਰਤੀਆਂ ਅਸੀਂ ਇਹਦੇ ਵਿੱਚ ਆਯੁਰਵੇਦ 'ਚ ਮੰਨਦੇ ਹਾਂ, ਵਾਤ ਪਿੱਤ ਕਫ, ਜਿਹੜੇ ਕਫ ਪ੍ਰਕਿਰਤੀ ਵਾਲੇ ਹੁੰਦੇ ਨੇ ਉਹ ਹੁੰਦੇ ਨੇ ਥੋੜ੍ਹਾ ਜਿਹਾ ਹੈਵੀ, ਠੀਕ ਹੈ ਨਾ? ਉਹਦੇ ਵਿੱਚ ਕਹਿੰਦੇ ਬੈਸਟ ਹੈ ਉਹਦੇ ਵਿੱਚ, ਕਿਉਂਕਿ ਸ਼ਹਿਦ ਜਿਹੜਾ ਦੱਸਿਆ ਗਿਆ ਕਫ ਲਈ ਸਭ ਤੋਂ ਵਧੀਆ ਔਸ਼ਧੀ ਦੱਸਿਆ, ਪਰਮ ਔਸ਼ਧੀ ਦੱਸਿਆ ਗਿਆ। ਜਿਸ ਤਰ੍ਹਾਂ ਵਾਤ ਲਈ ਆਪਾਂ ਦੱਸਿਆ, ਇਹਦੇ ਵਿੱਚ ਦੱਸਿਆ ਕਿ ਤਿਲ ਦਾ ਤੇਲ ਬੈਸਟ ਹੈ, ਠੀਕ ਹੈ? ਜਿਨ੍ਹਾਂ ਦੀ ਪਿੱਤ ਪ੍ਰਕਿਰਤੀ ਆ ਉਹਨਾਂ ਲਈ ਦੇਸੀ ਘੀ ਬੈਸਟ ਹੈ, ਇਸ ਤਰ੍ਹਾਂ ਹੀ ਜਿਨ੍ਹਾਂ ਦੀ ਕਫ ਪ੍ਰਕਿਰਤੀ ਆ ਉਹਨਾਂ ਲਈ ਸ਼ਹਿਦ ਸਭ ਤੋਂ ਬੈਸਟ ਹੈ। ਡਾਕਟਰ ਸਾਹਿਬ ਸਾਨੂੰ ਪਤਾ ਕਿਵੇਂ ਲੱਗੇ ਵੀ ਸਾਡੀ ਪ੍ਰਵਿਰਤੀ ਪੱਕ, ਵਾਤ ਹੈ, ਪਿੱਤ ਹੈ, ਕਫ ਹੈ? ਘਰ 'ਚ ਬੈਠੇ ਦਰਸ਼ਕ ਦੇਖ ਸਕਦੇ ਨੇ, ਮਤਲਬ ਮਾੜਾ ਮੋਟਾ ਅੰਦਾਜ਼ਾ ਲਾ ਸਕਦੇ ਨੇ, ਜਾਂ ਕੋਈ ਸਿਮਟਮ ਕੋਈ ਸਾਈਨ ਤੁਸੀਂ ਦੱਸ ਸਕਦੇ ਹੋ ਤਾਂ ਕਿ ਥੋੜ੍ਹਾ ਬਹੁਤ ਸਾਨੂੰ ਪਤਾ ਲੱਗ ਸਕੇ? ਹਾਂ, ਵੈਸੇ ਤੁਸੀਂ ਥੋੜ੍ਹੀ ਹਿਸਟਰੀ ਲੈ ਕੇ ਤੁਸੀਂ ਥੋੜ੍ਹਾ ਬਹੁਤ ਅਸੈਸ ਕਰ ਸਕਦੇ ਹੋ, ਬਾਕੀ ਅਸਲ ਤਾਂ ਤੁਹਾਨੂੰ ਨਬਜ਼ ਦੇਖ ਕੇ ਪਤਾ ਲੱਗਦਾ ਵੀ ਕੀ ਹੈ ਇਹਦੇ ਵਿੱਚ। ਉਸ ਹਿਸਾਬ ਨਾਲ ਅਸੀਂ ਮੈਡੀਸਿਨ ਪਲਾਨ ਕਰਦੇ ਹਾਂ ਕਿ ਇਹਨੂੰ ਕਿਹੜੀ ਦੇਣੀ ਹੈ ਪੇਸ਼ੈਂਟ ਨੂੰ। ਹਾਂਜੀ, ਆਯੁਰਵੇਦ ਬਹੁਤ ਸਪੈਸਿਫਿਕ ਹੈ, ਠੀਕ ਹੈ? ਇਹ ਤਾਂ ਹੈ ਨਹੀਂ ਵੀ ਬੁਖਾਰ ਹੋਇਆ ਸਾਰਿਆਂ ਨੂੰ ਪੈਰਾਸੀਟਾਮੋਲ ਦੇਣੀ ਹੈ, ਇਹਦੇ ਵਿੱਚ ਥੋੜ੍ਹਾ ਹੈ ਕਾਫੀ ਜ਼ਿਆਦਾ। ਅੱਛਾ ਫਿਰ ਡਾਕਟਰ ਸਾਹਿਬ, ਤੁਸੀਂ ਇੱਥੇ ਕਿਹੜੇ ਕਿਹੜੇ ਰੋਗਾਂ ਦੀ ਜਿਹੜੀ ਤੁਸੀਂ ਨਬਜ਼ ਫੜ ਕੇ ਮਤਲਬ ਅੰਦਰੋਂ ਕੱਢ ਲੈਂਦੇ ਹੋ ਰੋਗ? ਫਿਰ ਜਿੰਨੇ ਵੀ ਨੋਨ ਕਮਿਊਨੀਕੇਬਲ ਡਿਜ਼ੀਜ਼ ਨੇ, ਜਿਸ ਤਰ੍ਹਾਂ ਗਠੀਆ ਹੋ ਗਿਆ, ਸ਼ੂਗਰ ਹੈ, ਬੀ ਪੀ ਹੈ, ਜਾਂ ਫਿਰ ਜਿੰਨੇ ਵੀ ਕਾਰਡੀਓਵੈਸਕੁਲਰ ਡਿਸਆਰਡਰ ਨੇ, ਮਤਲਬ ਪੁਰਾਣੇ ਹਾਰਟ ਅਟੈਕ ਦੇ ਪੇਸ਼ੈਂਟ ਨੇ, ਅਧਰੰਗ ਦਾ ਪੇਸ਼ੈਂਟ ਹੈ, ਫੈਟੀ ਲੀਵਰ ਹੋ ਗਿਆ, ਲੀਵਰ ਵਾਲੇ ਜਿੰਨੇ ਵੀ ਡਿਸਆਰਡਰ ਹੋ ਗਏ, ਜੁਆਇੰਟ ਡਿਸਆਰਡਰ ਹੋ ਗਏ, ਸਕਿਨ ਡਿਸਆਰਡਰ ਜਿਸ ਤਰ੍ਹਾਂ ਸੋਰੀਆਸਿਸ ਹੈ, ਜਾਂ ਆਪਾਂ ਕਹਿ ਦਈਏ ਫੁਲਵੈਰੀ ਹੈ, ਜਿੰਨੇ ਵੀ ਮਤਲਬ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਵੀ ਲਾ ਇਲਾਜ ਹੈ ਜਾਂ ਬਹੁਤ ਟ੍ਰੀਟਮੈਂਟ ਮੁਸ਼ਕਿਲ ਹੈ, ਉਹ ਆਯੁਰਵੇਦ ਦੇ ਵਿੱਚ ਉਨਾ ਹੀ ਟ੍ਰੀਟਮੈਂਟ ਸੌਖਾ ਹੈ। ਆਪਾਂ ਥੋੜ੍ਹੀ ਜਿਹੀ ਡਾਇਟ ਚੇਂਜ ਕਰਨੀ ਹੈ, ਜੋ ਆਪਾਂ ਲੈ ਰਹੇ ਹਾਂ ਕੈਮੀਕਲ ਵਾਲੇ ਫੂਡ ਬੰਦ ਕਰਨੇ ਨੇ, ਉਹ ਬੰਦ ਕਰਕੇ ਆਪਾਂ ਕੁਦਰਤੀ ਖਾਣੇ 'ਤੇ ਲੈ ਕੇ ਆਉਂਦੇ ਹਾਂ ਪੇਸ਼ੈਂਟ ਨੂੰ, ਉਸ ਅਕੋਰਡਿੰਗ ਉਹਦਾ ਕਿੰਨਾ ਤੁਸੀਂ ਰਾ ਫੂਡ ਲੈਣਾ ਜਾਂ ਕਿਹੜਾ ਤੁਸੀਂ ਅਨਾਜ ਲੈਣਾ, ਠੀਕ ਹੈ ਨਾ? ਉਹ ਵੀ ਪ੍ਰਕਿਰਤੀ ਦੇ ਹਿਸਾਬ ਨਾਲ ਹੀ ਹੈ ਵੀ ਕਿਹੜਾ ਤੁਸੀਂ ਲੈਣਾ ਅਨਾਜ, ਠੀਕ ਹੈ? ਜਿਨ੍ਹਾਂ ਦੀ ਹੁਣ ਤੁਸੀਂ ਇਹ ਲਗਾਓ ਕਿ ਵਾਤ ਪ੍ਰਕਿਰਤੀ ਹੈ, ਉਹਨਾਂ ਲਈ ਤਾਂ ਵਧੀਆ ਕਣਕ ਹੈ, ਠੀਕ ਹੈ? ਜਿਨ੍ਹਾਂ ਨੂੰ ਲੱਗਦਾ ਵੀ ਗਰਮੈਸ਼ ਸਰੀਰ 'ਚ ਜ਼ਿਆਦਾ, ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਅਨਾਜ ਨਹੀਂ ਦੇਣਾ ਜਿਨ੍ਹਾਂ 'ਚ ਗਰਮੈਸ਼ ਜ਼ਿਆਦਾ, ਠੀਕ ਹੈ? ਜਿਨ੍ਹਾਂ ਦੀ ਕਫ ਪ੍ਰਕਿਰਤੀ ਹੈ ਉਹਨਾਂ ਨੂੰ ਇਸ ਤਰ੍ਹਾਂ ਦੇਣਾ ਜਿਹਦੇ ਵਿੱਚ ਖੁਸ਼ ਗੁਣ ਜ਼ਿਆਦਾ ਜਾਂ ਲਘੂ ਗੁਣ ਜ਼ਿਆਦਾ, ਠੀਕ ਹੈ? ਮਤਲਬ ਹਰ ਚੀਜ਼ ਨੂੰ ਆਪਾਂ ਅਸੈਸ ਕਰਨਾ ਹੁੰਦਾ, ਓਵਰਆਲ ਅਸੈਸ ਕਰੋ ਪੇਸ਼ੈਂਟ ਨੂੰ, ਫਿਰ ਤਾਂ ਮਤਲਬ ਇਹ ਹੈ ਕਿ ਅਲਟੀਮੇਟਲੀ ਅਲਟੀਮੇਟ ਰਿਜ਼ਲਟ ਨੇ ਇਹਦੇ ਵਿੱਚ ਆਯੁਰਵੇਦ ਦੇ। ਅੱਛਾ, ਤੁਹਾਨੂੰ ਮਿਲਣ ਦਾ ਢੰਗ ਕੀ ਹੈਗਾ ਜੀ? ਮਿਲਣ ਕਿਵੇਂ ਸਕਦੇ ਹਾਂ? ਜਾਂ ਜੇ ਕਿਸੇ ਨੇ ਇਹ ਕਸ਼ਮੀਰੀ ਕਿੱਕਰ ਵਾਲਾ ਤੁਹਾਡਾ ਘੈਂਟ
ਸ਼ਹਿਦ ਹੈਗਾ ਲੈਣਾ ਔਰ ਉਹਦਾ ਮੁਰੱਬਾ ਬਣਾਉਣਾ, ਖੰਜੂਰਾਂ ਖੰਜੂਰਾਂ ਵੀ ਅਵੇਲੇਬਲ ਕਰਵਾ ਦਿੰਦੇ ਤੁਸੀਂ ਵਧੀਆ ਵਾਲੀਆਂ? ਤੁਸੀਂ ਕਹਿ ਰਹੇ ਹੋ ਕਿ ਹਾਈ ਕੁਆਲਿਟੀ ਖੰਜੂਰ ਦੇ ਨੁਸਖੇ ਫਾਰਮੂਲੇ ਤੁਸੀਂ ਬਣਾ ਕੇ ਦਿੰਦੇ ਹੋ ਲੋਕਾਂ ਨੂੰ? ਜੀ, ਆਹ ਜਿਹੜੀਆਂ ਜਿਹੜੀਆਂ ਖੰਜੂਰਾਂ ਨੇ ਨਾ, ਉਹ ਅਰਬ ਦੀਆਂ ਹੀ ਨੇ। ਅਰਬ ਦੀ ਖੰਜੂਰ ਹੈ, ਦੋ ਵਰਾਇਟੀਆਂ ਨੇ ਇਹਦੇ ਕੋਲ ਇਹਦੇ ਵਿੱਚ ਸਾਡੀ, ਠੀਕ ਹੈ, ਮੰਗਵਾ ਦਿੰਦੇ ਵੀ ਜੇ ਕੋਈ ਹੋਵੇ। ਹਾਂ, ਅੱਛਾ, ਤੁਸੀਂ ਮਿਲ ਕਿਵੇਂ ਸਕਦੇ ਹੋ, ਮਿਲ ਕਮਿਊਨੀਕੇਸ਼ਨ ਤੁਹਾਡੇ ਨਾਲ ਕਿਵੇਂ ਹੋਵੇ, ਰਾਬਤਾ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ? ਫੋਨ ਨੰਬਰ ਹੈ ਸਾਡਾ 9153523150, ਸਾਡਾ ਸੈਂਟਰ ਹੈ ਮਾਇਆ ਨੈਚੁਰਲ ਕਿਓਰ ਸੈਂਟਰ, ਨਾਭਾ ਰੋਡ, ਈਦਗਾਹ ਕਲੋਨੀ ਮਲੇਰਕੋਟਲਾ, ਸਵੇਰੇ 10 ਤੋਂ ਲੈ ਕੇ 4 ਵਜੇ ਤੱਕ ਮਿਲ ਸਕਦੇ ਹੋ ਤੁਸੀਂ। ਜੀ ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ। ਸੋ ਤੁਸੀਂ ਦੇਖੋ, ਡਾਕਟਰ ਸਾਹਿਬ ਨੇ ਬੜਾ ਨਾਯਾਬ ਤੋਹਫ਼ਾ ਹੈਗਾ ਹਕੀਕਤ ਟੀਵੀ ਪੰਜਾਬੀ ਦੇ ਦਰਸ਼ਕਾਂ ਨੂੰ ਦਿੱਤਾ ਹੈ। ਖੰਜੂਰਾਂ ਹੈਗੀਆਂ ਨੇ ਸ਼ਹਿਦ ਦੇ ਵਿੱਚ, ਜਿਹੜੀਆਂ ਡਿਪ ਕੀਤੀਆਂ ਹੋਈਆਂ ਖੰਜੂਰਾਂ ਦੇ ਫਾਇਦੇ ਨੇ ਡਾਕਟਰ ਸਾਹਿਬ ਨੇ ਤੁਹਾਨੂੰ ਦੱਸੇ ਨੇ, ਔਰ ਉਮੀਦ ਕਰਦਾ ਇਹ ਨੁਸਖਾ, ਇਹ ਟੋਟਕਾ, ਇਹ ਫਾਰਮੂਲਾ ਜਦੋਂ ਵੀ ਤੁਸੀਂ ਇਸਤੇਮਾਲ ਕਰੋਗੇ ਤਾਂ ਕਿਸੇ ਨਾ ਕਿਸੇ ਵੈਦ ਹਕੀਮ ਡਾਕਟਰ ਦੀ ਸਲਾਹ ਤੁਸੀਂ ਜ਼ਰੂਰ ਲਵੋਗੇ, ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਬਹੁਤ ਵਾਰ ਫਾਇਦੇ ਦੀ ਥਾਂ 'ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ। ਕਿਸੇ ਦਾ ਦਿਲ ਹੈਗਾ ਸ਼ਹਿਦ ਲਾ, ਸ਼ਹਿਦ ਦਾ ਦਿਲ ਅਗਰ ਹੈਗਾ ਤਾਂ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਸਪੈਸੀਫਿਕਲੀ ਸ਼ਹਿਦ ਦੀਆਂ ਬੜੀਆਂ ਵਰਾਇਟੀਆਂ ਇਹਨਾਂ ਨੇ ਰੱਖੀਆਂ ਹੋਈਆਂ ਨੇ, ਔਰ ਸ਼ਹਿਦ ਦੇ ਨਾਲੋਂ ਨਾਲ ਤੁਹਾਨੂੰ ਫਾਇਦੇ ਵੀ ਗਿਣਵਾਏ ਨੇ। ਅਵੇਲੇਬਲ ਹੋ ਜਾਂਦੇ ਨੇ ਈਜ਼ੀਲੀ ਤੁਹਾਡੇ ਕੋਲੋਂ ਇਹ ਸ਼ਹਿਦ? ਕੋਰੀਅਰ ਕਰਵਾ ਦਿੰਦੇ ਹਾਂ, ਸਾਡੀ ਟੀਮ ਹੈ, ਕੋਰੀਅਰ ਕਰ ਦਿੰਦੀ ਹੈ। ਜੀ ਜੀ ਜੀ, ਚਲੋ ਬਹੁਤ ਬਹੁਤ ਸ਼ੁਕਰੀਆ। ਸੋ ਇਹ ਵੀਡੀਓ ਨਾ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜੋ ਮਿੱਠਾ ਖਾਣ ਦੇ ਸ਼ੌਕੀਨ ਨੇ, ਅਤੇ ਮਿੱਠੇ ਤੋਂ ਫਾਇਦਾ ਵੀ ਨਾਲੋਂ ਨਾਲ ਉਹਨਾਂ ਨੂੰ ਹੋਣਾ ਸ਼ੁਰੂ ਹੋ ਜਾਏਗਾ। ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਡਾਕਟਰ ਸਾਹਿਬ ਨੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਗਿਣਾਈਆਂ ਨੇ, ਉਹ ਪਰੇਸ਼ਾਨੀਆਂ ਉਹਨਾਂ ਨੂੰ ਦਰਪੇਸ਼ ਆ ਰਹੀਆਂ ਨੇ। ਪਰ ਇੱਕ ਹੋਰ ਬੜੇ ਅਹਿਮ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਈਏ, ਜਾਣਕਾਰੀ ਇਹ ਹੈ ਕਿ ਅਗਰ ਕੋਈ ਵੀਡੀਓ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ ਤਾਂ ਤੁਸੀਂ ਕਿਰਪਾ ਕਰਕੇ ਚੈਨਲ ਦੇ ਨੰਬਰ 'ਤੇ ਕਾਲ ਨਾ ਕਰਨੀ, ਡਾਕਟਰ ਸਾਹਿਬ ਨਾਲ ਤੁਸੀਂ ਗੱਲਬਾਤ ਕਰਨੀ ਹੈ ਤਾਂ ਡਾਕਟਰ ਸਾਹਿਬ ਨੇ ਆਪਣਾ ਨੰਬਰ ਹੈਗਾ, ਅਸੀਂ ਵੀ ਨੰਬਰ ਤੁਹਾਡੇ ਕਹੇ ਮੁਤਾਬਕ ਹੇਠਾਂ ਚਲਾ ਦਿੰਦੇ ਹਾਂ, ਉਸ ਨੰਬਰ 'ਤੇ ਤੁਸੀਂ ਕਾਲ ਕਰਿਆ ਕਰੋ, ਚੈਨਲ ਦੇ ਨੰਬਰ 'ਤੇ ਕਾਲ ਪਲੀਜ਼ ਤੁਸੀਂ ਨਾ ਕਰਿਆ ਕਰੋ। ਧੰਨਵਾਦ।